ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਗੁਰੂ ਰੂਪ ਖਾਲਸਾ, ਸਾਧ ਸੰਗਤ ਤੇ ਆਵਾਜ਼ੇ ਕੌਮ ਟੀਵੀ, ਜਿੱਥੋਂ ਤੱਕ ਵੀ ਜਿੰਨੇ ਵੀ ਸਰੋਤੇ ਦੇਖਦੇ ਤੇ ਸੁਣਦੇ ਹੋ, ਆਪ ਸਭ ਜੀ ਦਾ ਅੱਜ ਦੇ ਇਸ ਸਪੈਸ਼ਲ ਅਤੇ ਖਾਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਆਪ ਜੀ ਦੇ ਨਾਲ ਕੁਝ ਇੱਕ ਵਿਚਾਰ ਤੇ ਕੁਝ ਇੱਕ ਅਹਿਮ ਜਾਣਕਾਰੀਆਂ, ਜਿਨ੍ਹਾਂ ਤੋਂ ਵਾਂਝੇ ਅਸੀਂ ਅਕਸਰ ਰਹਿ ਜਾਂਦੇ ਹਾਂ, ਉਹਨਾਂ ਵਾਸਤੇ ਤੁਹਾਡੇ ਲਈ ਉਹ ਜਾਣਕਾਰੀ ਲੈ ਕੇ ਹਾਜ਼ਰ ਹੋਣ ਦਾ ਜਿਹੜਾ ਉਹ ਯਤਨ ਕਰ ਰਹੇ ਹਾਂ। ਤੇ ਖਾਸ ਤੌਰ ਤੇ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ, ਉਸ ਵਿਸ਼ੇ ਨੂੰ ਮੁੱਖ ਰੱਖ ਕੇ ਆਪ ਸੰਗਤ ਜਾਣਦੇ ਹੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ, ਕਾਫੀ ਸਾਲਾਂ ਤੋਂ ਜੇਕਰ ਮੈਂ ਗੱਲ ਕਰਾਂ, ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਕਿਸੇ ਜਗ੍ਹਾ ਦੇ ਉੱਪਰ ਅਗਨ ਭੇਟ ਹੋ ਜਾਣੇ, ਕਿਸੇ ਜਗ੍ਹਾ ਦੇ ਉੱਪਰ ਕੋਈ ਨੁਕਸਾਨ ਹੋ ਜਾਣਾ, ਉਹਨਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਤੇ ਦਿਨ ਪ੍ਰਤੀ ਦਿਨ ਨਿੱਤ ਨਵੀਆਂ ਖਬਰਾਂ ਤੇ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਵੀ ਆਪਾਂ ਖੋਲ੍ਹ ਕੇ ਦੇਖ ਲਈਏ ਤੇ ਹਰ ਤੀਜੀ ਖਬਰ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਪ੍ਰਥਾਏ ਸਾਨੂੰ ਮਿਲ ਜਾਂਦੀ ਹੈ। ਪਰ ਗੁਰਮੁਖ ਪਿਆਰਿਓ, ਜਿੱਥੇ ਅਸੀਂ ਇਹਨਾਂ ਸਾਰੀਆਂ ਖਬਰਾਂ ਨੂੰ ਦੇਖਦੇ ਹਾਂ, ਸੁਣਦੇ ਹਾਂ ਤੇ ਮਨ ਅੰਦਰ ਸਾਡੇ ਰੋਸ ਵੀ ਪੈਦਾ ਹੁੰਦਾ ਹੈ, ਕ੍ਰੋਧ ਵੀ ਆਉਂਦਾ ਹੈ, ਤੇ ਅਸੀਂ ਬਲੇਮ ਗੇਮ ਜਿਹੜੀ ਹੈ ਇੱਕ ਦੂਜੇ ਦੇ ਉੱਪਰ ਉਲਾਂਭੇ ਦੇਣ ਦਾ ਕੰਮ ਜਿਹੜਾ ਹੈ ਉਹ ਬੜੇ ਜ਼ੋਰ ਤੇ ਸ਼ੋਰ ਦੇ ਨਾਲ ਕਰਦੇ ਹਾਂ। ਤੇ ਖਾਸ ਤੌਰ ਦੇ ਉੱਪਰ ਸਾਡਾ ਇਹ ਜ਼ੋਰ ਲੱਗਾ ਹੁੰਦਾ ਹੈ ਜੀ, ਸ਼੍ਰੋਮਣੀ ਕਮੇਟੀ ਦਾ ਐਡਾ ਵੱਡਾ ਬਜਟ ਹੈ ਤੇ ਗੁਰਦੁਆਰੇ ਸਾਹਿਬਾਨ ਜਿੱਥੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਲੱਖਾਂ ਹਜ਼ਾਰਾਂ ਰੁਪਈਆਂ ਦੇ ਰੂਪ ਦੇ ਵਿੱਚ ਗੁਰੂ ਕੀ ਗੋਲਕ ਦੇ ਵਿੱਚ ਆਪਣੀ ਦਸਵੰਧ ਪਾਉਂਦੀਆਂ ਨੇ, ਉਹਨਾਂ ਦੀ ਵਰਤੋਂ ਕਿਉਂ ਨਹੀਂ ਹੁੰਦੀ? ਤੇ ਅਨੇਕਾਂ ਐਸੇ ਕਾਰਨ ਹਨ ਜਿਨ੍ਹਾਂ ਦਾ ਨਾਂ ਲੈ ਕੇ ਅਸੀਂ ਆਪਣੇ ਆਪ ਨੂੰ ਸੁਰਖਰੂ ਕਰ ਲੈਂਦੇ ਹਾਂ ਤੇ ਦੂਜਿਆਂ ਦੇ ਉੱਪਰ ਜਿਹੜਾ ਉਹ ਬਲੇਮ ਗੇਮ ਅਸੀਂ ਸ਼ੁਰੂ ਕਰ ਦਿੰਦੇ ਹਾਂ ਜੀ, ਗੁਰੂ ਕੇ ਗ੍ਰੰਥੀ ਸਾਹਿਬਾਨ ਜਿਹੜੇ ਨੇ ਉਹ ਜ਼ਿੰਮੇਵਾਰ ਨੇ, ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ ਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ, ਸਰਕਾਰ ਕੀ ਕਰਦੀ ਹੈ, ਸਰਕਾਰ ਇਨਸਾਫ ਦੇਵੇ। ਸੋ ਇਹ ਜਿਹੜੇ ਕਾਰਜ ਨੇ ਦੁਨਿਆਵੀ ਰੂਪ ਦੇ ਵਿੱਚ ਜਿੰਨੀ ਕੁ ਸਾਨੂੰ ਜਾਣਕਾਰੀ ਹੈ ਉਹਦੇ ਹਿਸਾਬ ਦੇ ਨਾਲ ਅਸੀਂ ਜਿਹੜੀ ਉਹ ਗੱਲਬਾਤ ਕਰ ਦਿੰਦੇ ਹਾਂ। ਪਰ ਪਿਛਲੇ 3 ਕੁ ਸਾਲ ਤੋਂ ਆਪ ਸੰਗਤਾਂ ਦੇ ਨਾਲ ਪਹਿਲਾਂ ਵੀ ਜਿਹੜਾ ਹੈ ਉਹ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਸਾਂਝ ਕੀਤੀ ਸੀ, ਪਰ ਉਸ ਗੱਲ ਦੇ ਉੱਪਰ ਜਿੱਡੇ ਵੱਡੇ ਪੱਧਰ ਤੱਕ ਸੰਗਤਾਂ ਵੱਲੋਂ ਹੁੰਗਾਰਾ ਮਿਲਿਆ ਜਾਣਾ ਚਾਹੀਦਾ ਸੀ ਜਾਂ ਜਿੰਨੇ ਵੀ ਯਤਨ ਹੋਣੇ ਚਾਹੀਦੇ ਸੀ, ਉਹ 3 ਸਾਲ ਦੇ ਅੰਦਰ ਮੈਨੂੰ ਉਹ ਨਜ਼ਰ ਨਹੀਂ ਆਏ ਕਿ ਉਹਦੇ ਉੱਪਰ ਐਡਾ ਕਾਰਜ ਕੋਈ ਕੀਤਾ ਗਿਆ ਹੋਵੇ। ਕਿਉਂ? ਕਿਉਂਕਿ ਮੁੱਖ ਇੱਕ ਕੁਝ ਕਾਰਨ ਹਨ ਜਿਹੜੇ ਕਿ ਇਹਨਾਂ ਘਟਨਾਵਾਂ ਨੂੰ ਰੋਕ ਸਕਦੇ ਸਨ ਜਾਂ ਸਾਡੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਕੇ ਅਸੀਂ ਬਹੁਤ ਵੱਡੇ ਪੱਧਰ ਤੱਕ ਜਿਹੜਾ ਹੈ ਇਹਨਾਂ ਘਟਨਾਵਾਂ ਨੂੰ ਕਾਬੂ 'ਚ ਕਰ ਸਕਦੇ ਹਾਂ। ਪਰ ਉਹ ਵਿਚਾਰ ਸਮੇਂ-ਸਮੇਂ ਦੇ ਨਾਲ ਹਰ ਇੱਕ ਚੀਜ਼ ਜਿਹੜੀ ਹੈ ਉਹ ਆਪਣਾ ਰੂਪ ਬਦਲਦੀ ਹੈ ਤੇ ਮੌਜੂਦਾ ਸਮੇਂ ਦੇ ਅੰਦਰ ਵੀ ਕੁਝ ਐਸੇ ਕਾਰਨ ਬਣ ਗਏ ਨੇ, ਕੁਝ ਐਸੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਦੇਖ ਕਰਕੇ ਮਨ ਅੰਦਰ ਰੋਹ ਵੀ ਪੈਦਾ ਹੁੰਦਾ ਹੈ। ਪਰ ਉਸ ਰੋਹ ਨੂੰ ਕੇਵਲ ਤੇ ਕੇਵਲ ਸਖ਼ਤ ਸ਼ਬਦਾਂ 'ਚ ਨਿੰਦਿਆ ਕਰ ਦੇਣੀ ਜਾਂ ਕਿਸੇ ਨੂੰ ਉਲਾਂਭਾ ਦੇ ਦੇਣਾ ਤੇ ਮਾਫ਼ ਕਰਨਾ, 4 ਗਾਲਾਂ ਕਿਸੇ ਨੂੰ ਕੱਢ ਦਿੱਤੀਆਂ ਤੇ 2 ਕਿਸੇ ਨੇ ਸਾਨੂੰ ਕੱਢ ਦਿੱਤੀਆਂ, ਉਹਨਾਂ ਦੇ ਨਾਲ ਜਿਹੜਾ ਹੈ ਉਹ ਮਸਲੇ ਦਾ ਹੱਲ ਉਹ ਬਿਲਕੁਲ ਨਹੀਂ ਹੁੰਦਾ। ਸੋ ਕੱਲ੍ਹ ਦੀ ਵੀ ਇੱਕ ਖਬਰ ਸਾਹਮਣੇ ਆਈ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਹੋਏ ਨੇ, ਜਿੱਥੇ ਸਤਿਕਾਰ ਕਮੇਟੀ ਦੇ ਸਿੰਘ, ਜਥੇਦਾਰ ਸਾਹਿਬਾਨ ਤੇ ਹੋਰ ਵੀ ਪਤਵੰਤੇ ਸੱਦਣ ਪਹੁੰਚੇ ਨੇ। ਮੌਕੇ ਦਾ ਜਾਇਜ਼ਾ ਲਿਆ ਗਿਆ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਿਹੜੇ ਨੇ ਉੱਥੋਂ ਲਿਜਾ ਕਰਕੇ ਦੂਸਰੇ ਗੁਰੂ ਸਾਹਿਬ ਗੁਰਦੁਆਰਾ ਸਾਹਿਬਾਨ ਦੇ ਅੰਦਰ ਉਹ ਸੁਸ਼ੋਭਿਤ ਕਰ ਦਿੱਤੇ ਗਏ ਨੇ ਕਿ ਜਿੰਨੀ ਦੇਰ ਤੱਕ ਮੁਰੰਮਤ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਪ੍ਰਕਾਸ਼ ਇੱਥੇ ਨਹੀਂ ਕੀਤਾ ਜਾਣਾ। ਪਰ ਗੁਰਮੁਖੋ, ਅੱਜ ਦੇ ਇਸ ਪ੍ਰੋਗਰਾਮ ਦਾ ਮੇਨ ਜਿਹੜਾ ਕਾਰਨ ਹੈ, ਮੇਨ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹਦੇ ਪਿੱਛੇ ਇੱਕੋ ਇੱਕ ਵਜ੍ਹਾ ਹੈ ਕਿ ਕੀ ਅਸੀਂ ਇਹਨਾਂ ਕਾਰਨਾਂ ਦੀ ਪੜਤਾਲ ਕਰਦੇ ਹਾਂ। ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀਆਂ ਬੇਅਦਬੀਆਂ ਹੋ ਰਹੀਆਂ ਹਨ, ਉਹਨਾਂ ਨੂੰ ਰੋਕਣ ਵਾਸਤੇ ਅਸੀਂ ਕੀ ਕਰ ਰਹੇ ਹਾਂ?
ਕੀ ਕੋਈ ਐਸੇ ਉਪਰਾਲੇ ਕੀਤੇ ਗਏ ਨੇ ਜਾਂ ਉਹਨਾਂ ਕਾਰਨਾਂ ਦੀ ਪੜਤਾਲ ਕੀਤੀ ਜਾਂਦੀ ਹੈ ਜਾਂ ਕੇਵਲ ਤੇ ਕੇਵਲ 2-4 ਦਿਨ ਧਰਨਾ ਲਾ ਕੇ ਬੈਠ ਗਏ ਤੇ ਹਾਹਾਕਾਰ ਕਰ ਦਿੱਤੀ ਹੈ, ਪੰਜਾਬ ਪੁਲਿਸ ਆ ਗਈ ਹੈ, ਮੌਕੇ ਦਾ ਜਾਇਜ਼ਾ ਲੈ ਲਿਆ ਗਿਆ ਹੈ ਤੇ ਇੱਕੋ ਇੱਕ ਰੱਟੀ ਰਟਾਈ ਲਾਈਨ ਜਿਹੜੀ ਹੁੰਦੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇਗੀ। ਇਹਨਾਂ ਦੋ ਲਾਈਨਾਂ 'ਚ ਜਿਹੜੀ ਗੱਲ ਨਿਬੇੜ ਦਿੱਤੀ ਜਾਂਦੀ ਹੈ। ਪਰ ਉੱਥੇ ਜਿੱਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਤੇ ਸਾਡੇ ਨਿੱਜੀ ਅਸਥਾਨ ਜਿਹੜੇ ਨੇ, ਜਿਹੜੇ ਨਗਰ 'ਚ, ਜਿਹੜੇ ਸ਼ਹਿਰ 'ਚ, ਜਿਹੜੇ ਪਿੰਡ 'ਚ ਅਸੀਂ ਵੱਸਦੇ ਹਾਂ, ਉੱਥੋਂ ਦੇ ਨਗਰ ਨਿਵਾਸੀਆਂ ਦੀਆਂ ਕੀ ਜ਼ਿੰਮੇਵਾਰੀਆਂ ਨੇ, ਉੱਥੋਂ ਦੇ ਪ੍ਰਬੰਧ ਨੇ ਕੀ ਪ੍ਰਬੰਧ ਢੁਕਵੇਂ ਕੀਤੇ ਨੇ, ਉਹਨਾਂ ਬਾਰੇ ਜ਼ਰੂਰ ਤੁਹਾਡੇ ਉੱਪਰ ਕੁਝ ਨਾ ਕੁਝ ਜਾਣਕਾਰੀਆਂ ਉਹ ਸਾਂਝੀਆਂ ਕਰਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਕਰਨ ਦਾ ਯਤਨ ਕਰਾਂਗਾ। ਸੋ ਪ੍ਰੋਗਰਾਮ ਕੋਈ ਬਹੁਤਾ ਆਪਾਂ ਲੰਬਾ ਨਹੀਂ ਕਰਨਾ, ਕੇਵਲ ਤੇ ਕੇਵਲ ਮੁੱਦੇ ਦੀ ਗੱਲ ਕਰਕੇ ਤੇ ਰੋਕਥਾਮ ਦੇ ਉਪਾਅ ਬਾਰੇ ਗੱਲ ਕਰਕੇ ਆਪਾਂ ਅੱਜ ਦੇ ਪ੍ਰੋਗਰਾਮ 'ਚੋਂ ਤੁਹਾਡੇ ਤੋਂ ਖਿਮਾ ਲੈ ਲੈਣੀ ਹੈ। ਸੋ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਸੀ ਗੁਰਮੁਖ ਪਿਆਰੋ, ਅੱਜ ਕੱਲ੍ਹ ਦੇ ਜਿਹੜੇ ਦਿਨ ਚੱਲ ਰਹੇ ਨੇ, ਖਾਸ ਕਰਕੇ ਗਰਮੀਆਂ ਦੇ ਜਿਹੜੇ ਦਿਨ ਚੱਲਦੇ ਨੇ, ਇਹਨਾਂ ਦਿਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਅਗਨ ਭੇਟ ਹੋਣ ਦੇ ਇੱਕ ਨਹੀਂ ਅਨੇਕਾਂ ਕੇਸ ਸਾਹਮਣੇ ਆਉਂਦੇ ਨੇ, ਅਨੇਕਾਂ ਐਸੇ ਅਸਥਾਨ ਸਾਨੂੰ ਮਿਲ ਜਾਣਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਹੋ ਰਹੇ ਨੇ। ਕੋਈ ਦਿਨ ਵੇਲੇ ਹੋ ਰਹੇ ਨੇ, ਕੋਈ ਰਾਤ ਵੇਲੇ ਹੋ ਰਹੇ ਨੇ, ਵੱਖੋ ਵੱਖ ਸਮਾਂ ਉਹ ਬਣਦਾ, ਪਰ ਇਹਨਾਂ ਦੇ ਪਿੱਛੇ ਕਾਰਨ ਗੁਰਮੁਖੋਂ ਕੀ ਹੈ? ਕੋਈ ਵਿਅਕਤੀ ਜਾਣ ਬੁੱਝ ਕੇ ਚਲਿਆ ਜਾਂਦਾ ਹੈ, ਪਿਛਲੇ ਦਿਨਾਂ 'ਚ ਵੀਡੀਓ ਵੀ ਸਾਹਮਣੇ ਆਈਆਂ ਸਨ, ਦਿਮਾਗੀ ਤੌਰ 'ਤੇ ਬਿਮਾਰ ਹੈ ਜੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੱਤਰੇ ਪਾੜ ਦਿੱਤੇ ਗਏ, ਮਹਾਰਾਜ ਜੀ ਦੇ ਸਰੂਪ ਥੱਲੇ ਸੁੱਟ ਦਿੱਤੇ ਗਏ, ਉਹ ਇੱਕ ਕਾਰਨ ਬਣਦਾ ਹੈ। ਪਰ ਇੱਥੇ ਇਹ ਗੱਲ ਜ਼ਰੂਰ ਵਿਚਾਰਨਯੋਗ ਹੈ ਕਿ ਕੀ ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਵਿਅਕਤੀ ਕਦੇ ਕਿਸੇ ਆਪਣੇ ਘਰ ਦੀਆਂ ਕਿਤਾਬਾਂ ਨੂੰ ਪਾੜਦਾ ਹੈ, ਗੁਰਦੁਆਰਾ ਸਾਹਿਬਾਨ ਦੇ ਅੰਦਰ ਗਿਆ ਹੈ ਤੇ ਅਨੇਕਾਂ ਐਸੀਆਂ ਚੀਜ਼ਾਂ ਪਈਆਂ ਨੇ, ਅਨੇਕਾਂ ਐਸੇ ਉੱਥੇ ਸਾਜੋ ਸਮਾਨ ਪਏ ਹੁੰਦੇ ਨੇ ਜਿਨ੍ਹਾਂ ਨੂੰ ਹੱਥ ਲਾਇਆ ਜਾ ਸਕਦਾ ਹੈ, ਜਿਨ੍ਹਾਂ ਨੂੰ ਚੁੱਕਿਆ ਜਾ ਸਕਦਾ ਹੈ। ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਲੋਕੀ ਸਿੱਧੇ ਤੇ ਸਿੱਧੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ 'ਤੇ ਕਿਉਂ ਜਾਂਦੇ ਨੇ? ਇਹਨਾਂ ਕਾਰਨਾਂ ਦੀ ਵੀ ਪੜਤਾਲ ਕਰਨੀ ਅਤਿ ਜ਼ਰੂਰੀ ਹੈ, ਕਿਉਂਕਿ ਜਿਹੜਾ ਦਿਮਾਗੀ ਤੌਰ 'ਤੇ ਪਰੇਸ਼ਾਨ ਵਿਅਕਤੀ ਹੈ ਜਿਹਨੂੰ ਸੋਝੀ ਨਹੀਂ ਤੇ ਉਹਨੂੰ ਇੰਨੀ ਜ਼ਰੂਰ ਸੋਝੀ ਹੋ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਕਿੱਥੇ ਕੀਤੇ ਹੋਏ ਨੇ, ਰੁਮਾਲੇ ਕਿਵੇਂ ਲਾਉਣੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਿਵੇਂ ਪਾਲੇ ਜਾਣੇ ਨੇ, ਉਸ ਗੱਲ ਦਾ ਉਸਨੂੰ ਪਤਾ ਹੁੰਦਾ ਹੈ ਤੇ ਜਦੋਂ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਇਹ ਗੱਲ ਸਾਹਮਣੇ ਆਉਂਦੀ ਹੈ ਜੀ ਇਹ ਦਿਮਾਗੀ ਤੌਰ 'ਤੇ ਪਰੇਸ਼ਾਨ ਹੈ, ਇਹਨੂੰ ਸੁੱਧ ਬੁੱਧ ਕੋਈ ਨਹੀਂ। ਸੋ ਇਹਨਾਂ ਕਾਰਨਾਂ ਦੇ ਉੱਪਰ ਜ਼ਰੂਰ ਕਰੜੇ ਰੂਪ ਦੇ ਵਿੱਚ ਪਹਿਰਾ ਦੇਣਾ ਪੈਣਾ ਹੈ, ਕੇਵਲ ਦਿਮਾਗੀ ਤੌਰ 'ਤੇ ਪਰੇਸ਼ਾਨੀ ਦਾ ਬਹਾਨਾ ਉਹ ਨਹੀਂ ਬਣਾਇਆ ਜਾ ਸਕਦਾ। ਤੇ ਦੂਸਰੇ ਨੰਬਰ ਦੇ ਉੱਪਰ ਗੁਰੂ ਘਰਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕਰਨ ਤੋਂ ਉਪਰੰਤ ਮਰਿਆਦਾ ਅਨੁਸਾਰ ਇੱਕ ਸਿੰਘ ਦੀ ਡਿਊਟੀ ਹੋਣੀ ਚਾਹੀਦੀ ਹੈ ਜਿਹੜਾ 24 ਘੰਟੇ ਉੱਥੇ ਚੌਰ ਕਰਨ ਦੀ ਸੇਵਾ ਨਿਭਾਵੇ, ਭਾਵੇਂ 2-2 ਘੰਟੇ ਜਾਂ 4-4 ਘੰਟੇ ਦੀ ਡਿਊਟੀ ਵੰਡ ਲਈ ਜਾਵੇ, ਜਾਂ ਜਿਹੜੇ ਉਸ ਸਥਾਨ ਨੂੰ ਮੰਨਣ ਵਾਲੇ ਲੋਕ ਨੇ, ਸ਼ਰਧਾਲੂ ਲੋਕ ਨੇ, ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾਵੇ ਕਿ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਹੋਣ ਤੋਂ ਲੈ ਕਰਕੇ ਸੰਧਿਆ ਦੇ ਵੇਲੇ ਸੁੱਖ ਆਸਣ ਹੋਣ ਤੱਕ ਘੱਟ ਤੋਂ ਘੱਟ ਇੱਕ ਵਿਅਕਤੀ, ਇੱਕ ਬੀਬੀ ਜਾਂ ਕੋਈ ਮਾਈ ਭਾਈ ਜਿਹੜਾ ਵੀ ਹੈ, ਉਸ ਸਮੇਂ ਦੀ ਵੰਡ ਕਰ ਲਓ, 1-1 ਘੰਟਾ, 2-2 ਘੰਟੇ, 1/2 ਘੰਟਾ, ਜਿਵੇਂ ਵੀ ਕਿਸੇ ਨੂੰ ਠੀਕ ਲੱਗਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਚੌਰ ਕਰਨ ਦੀ ਸੇਵਾ ਨਿਭਾਈ ਜਾਵੇ। ਤੇ ਜੇਕਰ ਸੰਗਤ ਸੁਭਾਈ ਹੈ, ਨਹੀਂ ਪ੍ਰਬੰਧ ਕੀਤਾ ਜਾ ਸਕਦਾ ਤੇ ਗੁਰਮਤ ਅਨੁਸਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕਰਕੇ ਪੰਥ ਦੇ ਪਤਵੰਤੇ ਸੱਜਣ ਨੇ, 5 ਪਿਆਰੇ ਸਾਹਿਬਾਨ ਨੇ, ਉਹਨਾਂ ਪਾਸੋਂ ਵੀ ਜਾਣਕਾਰੀ ਲਈ ਜਾ ਸਕਦੀ ਹੈ। ਤੇ ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਿਤਨੇਮ ਤੋਂ ਉਪਰੰਤ ਗੁਰੂ ਮਹਾਰਾਜ ਜੀ ਦੇ ਸੁੱਖ ਆਸਣ ਕਰ ਦੇਣੇ ਚਾਹੀਦੇ ਨੇ। ਸ਼ਾਮ ਵੇਲੇ ਰਹਿਰਾ ਸਾਹਿਬ ਜੀ ਦੇ ਸਮੇਂ ਦੁਬਾਰਾ ਮਹਾਰਾਜ ਜੀ ਦੇ ਪ੍ਰਕਾਸ਼ ਕਰਕੇ, ਰਹਿਰਾ ਸਾਹਿਬ ਜੀ ਦਾ ਪਾਠ ਕਰਕੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੁੱਖ ਆਸਣ ਕਰ ਦਿੱਤੇ ਜਾਣ, ਤਾਂ ਜੋ ਦਿਨ ਵੇਲੇ ਬੇਅਦਬੀਆਂ ਹੋਣ ਦੇ ਕਾਰਨ ਘੱਟ ਜਾਣ। ਦਿਨ ਵੇਲੇ ਜੇਕਰ ਸੰਗਤ ਗੁਰਦੁਆਰਾ ਸਾਹਿਬਾਨ ਦੇ ਅੰਦਰ ਚਹਿਲ ਪਹਿਲ ਨਹੀਂ ਹੈ, ਸੰਗਤ ਦੀ ਆਵਾਜਾਈ ਨਹੀਂ ਹੈ, ਤੇ ਮਹਾਰਾਜ ਜੀ ਦੇ ਪ੍ਰਕਾਸ਼ ਕੇਵਲ ਸੁਣਨੇ ਛੱਡ ਕੇ ਤੇ ਆਪ ਬਾਹਰ ਚਲੇ ਜਾਣਾ, ਇਹਨਾਂ ਕਾਰਨਾਂ ਦੇ ਉੱਪਰ ਵੀ ਵਿਚਾਰ ਕਰਨਾ ਬਣਦਾ ਹੈ। ਤੇ ਖਾਸ ਤੌਰ ਤੇ ਗੁਰਮੁਖ ਪਿਆਰੇ ਹੋਏ ਗੱਲ ਕਹਿ ਦੇਣੀ ਕਿ ਗ੍ਰੰਥੀ ਸਾਹਿਬਾਨ ਕੀ ਕਰਦੇ ਨੇ, ਗ੍ਰੰਥੀ ਸਾਹਿਬਾਨ ਦੀ ਕੀ ਡਿਊਟੀ ਹੈ,
ਉਹ ਵੀ ਸਾਡੇ ਵਰਗੇ ਮਨੁੱਖ ਨੇ, ਉਹਨਾਂ ਦੇ ਵੀ ਘਰ ਪਰਿਵਾਰ ਨੇ, ਉਹਨਾਂ ਦੇ ਵੀ ਬੱਚੇ ਹਨ। ਕਿਤੇ ਦਵਾ ਦਾਰੂ ਲੈਣ ਜਾਣਾ ਪੈਂਦਾ ਹੈ, ਕਿਤੇ ਰਿਸ਼ਤੇਦਾਰ ਦੇ ਕੋਲ ਕੋਈ ਖੁਸ਼ੀ ਗਮੀ ਦੀ ਕੋਈ ਗੱਲ ਕਰਨੀ ਪੈਂਦੀ ਹੈ, ਜਾਂ ਕਿਸੇ ਘਰ ਪਰਿਵਾਰ ਦੇ ਅੰਦਰ ਜਾ ਕੇ ਕੋਈ ਅਰਦਾਸ ਬੇਨਤੀ ਕਰਨੀ ਹੈ। ਅਨੇਕਾਂ ਐਸੇ ਕੰਮ ਹਨ ਜਿਹੜੇ ਦੁਨਿਆਵੀ ਰੂਪ ਦੇ ਵਿੱਚ ਉਹਨਾਂ ਨੂੰ ਵੀ ਕਰਨੇ ਪੈਂਦੇ ਨੇ। ਤੇ ਕੇਵਲ ਜੇ ਅਸੀਂ ਇੰਨੀ ਗੱਲ ਕਹਿ ਦਈਏ ਕਿ ਗ੍ਰੰਥੀ ਸਾਹਿਬਾਨ ਰੱਖੇ ਨੇ ਤੇ ਉਹ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬੈਠੇ ਰਹਿਣ, ਸੋ ਇਹ ਕਾਰਜ ਥੋੜਾ ਜਿਹਾ ਕਠਿਨ ਹੋ ਜਾਂਦਾ ਹੈ। ਜਾ ਕਰਕੇ 2 ਜਾਂ 3 ਗ੍ਰੰਥੀ ਸਾਹਿਬਾਨ ਹੋਣ ਜਿਹੜੇ ਕੋਈ 6-6 ਘੰਟੇ ਦੀ ਜਾਂ ਕੋਈ 8-8 ਘੰਟੇ ਦੀ ਡਿਊਟੀ ਵੰਡ ਲੈਣ, ਜਿਹੜੇ ਸਵੇਰ ਵੇਲੇ ਤੇ ਸ਼ਾਮ ਵੇਲੇ ਆਪੋ ਆਪਣੀ ਡਿਊਟੀ ਦੇਣ, ਤੇ ਉਪਰੰਤ ਆਪਣੇ ਨਿੱਜੀ ਕਾਰਜਾਂ ਦੇ ਵਿੱਚ ਉਹ ਆਪਣੇ ਕਾਰਜ ਉਹ ਕਰ ਸਕਦੇ ਨੇ। ਸੋ ਇਹਨਾਂ ਸਭ ਕਾਰਨਾਂ ਦੇ ਉੱਪਰ ਤਿੱਖੀ ਨਜ਼ਰ ਰੱਖਣੀ ਪਵੇਗੀ ਤੇ ਆਪ ਸਹਿਯੋਗ ਕਰਨਾ ਪਵੇਗਾ। ਕੇਵਲ ਤੇ ਕੇਵਲ ਬਹਾਨਾ ਬਣਾ ਦੇਣਾ ਉਹ ਇਸ ਗੱਲ ਦਾ ਹੱਲ ਨਹੀਂ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ, ਗਰਮੀਆਂ ਦੇ ਦਿਨਾਂ ਦੇ ਅੰਦਰ ਖਾਸ ਤੌਰ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਹੋ ਜਾਣੇ, ਇਹਨਾਂ ਕਾਰਨਾਂ ਦੇ ਪਿੱਛੇ ਪੜਤਾਲ ਅਤ ਜ਼ਰੂਰੀ ਹੈ। ਪਿਛਲੇ 3 ਕੁ ਸਾਲ ਤੋਂ ਹਰ ਸਾਲ ਲਗਾਤਾਰ ਮੌਕਾ ਮਿਲਦਾ ਹੈ ਪੰਜਾਬ ਦੇ ਵਿੱਚ ਜਾ ਕੇ ਆਪ ਸੰਗਤਾਂ ਦੇ ਨਾਲ ਮਿਲਵਰਤਨ ਦਾ, ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦਾ। ਤੇ ਜਿਹੜਾ ਇੱਕ ਮੇਨ ਕਾਰਨ ਸੰਗਤ ਜੀ ਮੇਰੀ ਨਜ਼ਰ ਦੇ ਵਿੱਚ ਆਇਆ ਸੀ, ਉਹਦੇ ਬਾਰੇ ਮੈਂ ਹਾਈਲਾਈਟ ਵੀ ਕੀਤਾ ਸੀ, ਪ੍ਰੋਗਰਾਮਾਂ ਦੇ ਵਿੱਚ ਜਾਣਕਾਰੀ ਵੀ ਦਿੱਤੀ ਸੀ, ਪਰ ਖਾਸ ਤੌਰ ਦੇ ਉੱਪਰ ਉਸ ਗੱਲ ਨੂੰ ਐਡੇ ਵੱਡੇ ਪੱਧਰ ਦੇ ਉੱਪਰ ਉਹ ਲਿਆ ਨਹੀਂ ਗਿਆ। ਸੋ ਉਸੇ ਦੇ ਹੀ ਮੁਤਾਬਕ ਆਪ ਜੀ ਦੇ ਨਾਲ ਕੁਝ ਇੱਕ ਤੱਥ ਮੈਂ ਪੇਸ਼ ਕਰਾਂਗਾ। ਹੋ ਸਕਦਾ ਹੈ ਕਿ ਆਪ ਸੰਗਤਾਂ ਦੀ ਗੱਲ ਸਮਝ ਦੇ ਵਿੱਚ ਆਵੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਸ ਚੀਜ਼ ਨੂੰ ਅਮਲ ਦੇ ਵਿੱਚ ਲਿਆ ਸਕੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਹੋਣ ਤੋਂ ਉਹ ਬਚ ਸਕਣ। ਗਰਮੀ ਦੇ ਦਿਨਾਂ ਦੇ ਅੰਦਰ 40-45 ਦਾ ਟੈਂਪਰੇਚਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਇਸ ਵਕਤ ਹੈ। ਸੋ ਟੈਂਪਰੇਚਰ ਆਪਣੇ ਆਪ ਦੇ ਵਿੱਚ ਹੀ ਇੰਨਾ ਕੁ ਗਰਮ ਹੈ ਕਿ ਇੱਕ ਛੋਟੀ ਜਿਹੀ ਚੰਗਿਆੜੀ ਵੀ ਜਿਹੜੀ ਉਹ ਅੱਗ ਦਾ ਰੂਪ ਧਾਰਨ ਕਰਨ ਲੱਗਿਆ ਬਹੁਤਾ ਸਮਾਂ ਨਹੀਂ ਲਾਉਂਦੀ। ਕਿਉਂ? ਕਿਉਂਕਿ ਬਾਹਰੀ ਤੌਰ ਦੇ ਉੱਪਰ ਹਵਾ ਦੇ ਅੰਦਰ ਇੰਨੀ ਕੁ ਗਰਮੀ ਹੈ, ਮੌਸਮ ਦੇ ਅੰਦਰ ਇੰਨੀ ਕੁ ਗਰਮੀ ਹੈ ਕਿ ਛੋਟੀ ਜਿਹੀ ਚੰਗਿਆੜੀ ਵੀ ਅੱਗ ਦਾ ਰੂਪ ਧਾਰਨ ਕਰਨ ਲੱਗਿਆ ਉਹ ਬਹੁਤੀ ਦੇਰ ਨਹੀਂ ਲਾਵੇਗੀ। ਤੇ ਖਾਸ ਤੌਰ ਦੇ ਉੱਪਰ ਗੁਰੂ ਘਰਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ, ਭਾਵੇਂ ਸੁੱਖ ਆਸਣ ਕੀਤੇ ਜਾਂਦੇ ਨੇ, ਸੁੱਖ ਆਸਣ ਦਾ ਸਥਾਨ ਹੈ, ਤੇ ਜਿੱਥੇ ਮਹਾਰਾਜ ਦੇ ਪ੍ਰਕਾਸ਼ ਕੀਤੇ ਜਾਂਦੇ ਨੇ ਪਾਲਕੀ ਸਾਹਿਬ ਜੀ ਦੇ ਉੱਪਰ, ਉੱਥੇ ਵੀ ਸਾਨੂੰ ਇਹ ਗੱਲ ਵਿਚਾਰਨੀ ਪਵੇਗੀ ਕਿ ਗਰਮੀਆਂ ਤੇ ਸਰਦੀਆਂ ਦੇ ਵਿੱਚ ਜਿਹੜੇ ਵਸਤਰ ਵਰਤੇ ਜਾਂਦੇ ਨੇ, ਜਿਹੜੇ ਰੁਮਾਲੇ ਸਾਹਿਬ ਵਰਤੇ ਜਾਂਦੇ ਨੇ, ਉਹਨਾਂ ਦੀ ਕੁਆਲਿਟੀ ਕੀ ਹੈ ਤੇ ਕਿਹੜੇ ਮੌਸਮ ਦੇ ਉਹ ਅਨੁਕੂਲ ਤੇ ਪ੍ਰਤੀਕੂਲ ਹਨ। ਕਹਿਣ ਤੋਂ ਭਾਵ ਕਿ ਜਿਹੜਾ ਕੱਪੜਾ ਜਲਦੀ ਅੱਗ ਫੜਦਾ ਹੈ ਉਸ ਕੱਪੜੇ ਦੀ ਵਰਤੋਂ ਮਹਾਰਾਜ ਜੀ ਦੇ ਸੁਖਾਸਣ ਵੇਲੇ, ਮਹਾਰਾਜ ਜੀ ਦੇ ਪਲੰਘਾ ਸਾਹਿਬ ਦੇ ਉੱਪਰ, ਪਾਲਕੀ ਸਾਹਿਬ ਜੀ ਦੇ ਉੱਪਰ ਜਾਂ ਰੁਮਾਲਿਆਂ ਦੇ ਰੂਪ ਦੇ ਵਿੱਚ ਉਸ ਦੀ ਵਰਤੋਂ ਨਾ ਕੀਤੀ ਜਾਵੇ ਤੇ ਉਸ ਕੱਪੜੇ ਦੀ ਚੋਣ ਕੀਤੀ ਜਾਵੇ ਜਿਹੜਾ ਅੱਗ ਬਹੁਤ ਘੱਟ ਮਾਤਰਾ ਦੇ ਵਿੱਚ ਫੜਦਾ ਹੈ, ਭਾਵ ਕਿ ਜਿਹੜਾ ਕੱਪੜਾ ਬਹੁਤ ਜਲਦੀ ਜਲਾਇਆ ਨਹੀਂ ਜਾ ਸਕਦਾ। ਨੰਬਰ 2 ਦੇ ਉੱਪਰ ਕਾਰਨ ਇਹ ਹੈ ਸੰਗਤ ਜੀ ਕਿ ਗੁਰੂ ਘਰਾਂ ਦੇ ਅੰਦਰ ਪੱਖੇ ਵੀ ਲੱਗੇ ਹੋਏ ਨੇ, ਲਾਈਟਾਂ ਵੀ ਲੱਗੀਆਂ ਹੋਈਆਂ ਨੇ, ਤੇ ਖਾਸ ਤੌਰ ਤੇ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਉਪਰਾਲਾ ਕੀਤਾ ਹੈ ਜੀ ਗਰਮੀ ਦੇ ਦਿਨਾਂ ਦੇ ਵਿੱਚ ਏਅਰ ਕੰਡੀਸ਼ਨ ਲਾ ਦਿੱਤੇ ਜਾਣ। ਸੋ ਬਹੁਤ ਚੰਗੀ ਗੱਲ ਹੈ ਕਿ ਗੁਰੂ ਸਾਹਿਬ ਜੀ ਦੇ ਆਦਰ ਸਤਿਕਾਰ ਵਾਸਤੇ ਇਹ ਕਾਰਜ ਕੀਤੇ ਜਾਂਦੇ ਨੇ, ਪਰ ਪੰਜਾਬ ਦੇ ਅੰਦਰ ਜਿਹੜਾ ਬਿਜਲੀ ਦਾ ਸਿਸਟਮ ਹੈ, ਜਿਹੜਾ ਇਲੈਕਟ੍ਰਿਸਿਟੀ ਦਾ ਸਿਸਟਮ ਹੈ, ਉਹਦੀ ਕੋਈ ਵੀ ਕੋਈ ਪੜਤਾਲ ਨਹੀਂ ਕਰਦਾ। ਤੇ ਖਾਸ ਤੌਰ ਦੇ ਉੱਪਰ ਪੰਜਾਬ ਦੇ ਅੰਦਰ ਇਸ ਵਕਤ ਜਿਹੜੇ ਮੀਟਰ ਬਾਹਰ ਲੱਗੇ ਹੋਏ ਨੇ, ਤੇ ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਬਿਜਲੀ ਦੀ ਮੇਨ ਸਪਲਾਈ ਹੈ ਜਿਹੜੀ ਖੰਭਿਆਂ ਤੋਂ ਤੁਹਾਡੇ ਮੀਟਰ ਤੱਕ ਆਉਂਦੀ ਹੈ, ਜਿਹੜੇ ਗੁਰਮੁਖ ਪਿਆਰੇ ਇਲੈਕਟ੍ਰਿਸਿਟੀ ਦੇ ਨਾਲ ਥੋੜ੍ਹਾ ਬਹੁਤਾ ਵਾਸਤਾ ਰੱਖਦੇ ਨੇ, ਉਹਨਾਂ ਦੀ ਗੱਲ ਇਹ ਜਲਦੀ ਸਮਝ 'ਚ ਆਵੇਗੀ। ਸੋ ਬਾਹਰ ਖੰਭੇ ਤੋਂ ਲੈ ਕੇ ਤੁਹਾਡੇ ਮੀਟਰ ਤੱਕ ਜਿਹੜੀ ਸਪਲਾਈ ਤੁਹਾਨੂੰ ਦਿੱਤੀ ਜਾਂਦੀ ਹੈ, ਪੰਜਾਬੀ ਦੇ ਵਿੱਚ ਉਹਨੂੰ 2.5 ਦੀ ਤਾਰ ਕਹਿ ਦਿੰਦੇ ਨੇ ਤੇ ਅੰਗਰੇਜ਼ੀ 'ਚ ਉਹਨੂੰ 2.5 ਆਪਾਂ ਕਹਿ ਦਿੰਦੇ ਹਾਂ। ਤੇ ਗੁਰਮੁਖ ਪਿਆਰੇ ਉਹ ਜਿਹੜੀ 2.5 ਦੀ ਤਾਰ ਹੈ ਬਹੁਤ ਹੀ ਪਤਲੀ ਤਾਰ ਹੁੰਦੀ ਹੈ ਤੇ ਉਹ ਘਰ ਦੇ ਲੋਡ ਦੇ ਮੁਤਾਬਕ ਜਾਂ ਤੁਹਾਡੇ ਘਰ ਦੇ ਅੰਦਰ ਕਿੰਨੇ ਕੁ ਪੱਖੇ ਚੱਲਦੇ ਨੇ, ਕਿੰਨੀਆਂ ਕੁ ਬੱਤੀਆਂ ਬਲਦੀਆਂ ਨੇ, ਜੇਕਰ ਤੁਸੀਂ ਏਅਰ ਕੰਡੀਸ਼ਨ ਲਾ ਲਿਆ ਹੈ, ਜਾਂ ਇੱਕੋ ਸਮੇਂ ਦੇ ਉੱਪਰ ਕਿੰਨੇ ਕੁ ਜਿਹੜੇ ਨੇ
ਉਹ ਅੱਗੇ ਤੁਹਾਡੇ ਟੀਵੀ ਵਗੈਰਾ ਫਰਿੱਜ ਵਗੈਰਾ ਚੱਲ ਰਹੇ ਨੇ ਖਾਸ ਤੌਰ 'ਤੇ ਗਰਮੀ ਦੇ ਦਿਨਾਂ ਦੇ ਵਿੱਚ, ਉਸ ਦੇ ਮੁਤਾਬਕ ਉਹ ਤਾਰਾਂ ਬਹੁਤ ਛੋਟੀਆਂ ਹੁੰਦੀਆਂ ਨੇ। ਅਤੇ ਮੇਰੇ ਕੋਲ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਦੋ ਤਾਰਾਂ ਨੇ, ਇੱਕ ਜਿਹੜੀ 2.5 ਦੀ ਹੈ ਅਤੇ ਇੱਕ ਜਿਹੜੀ ਹੈ 1.5 ਦੀ, ਜਿਹਨੂੰ ਢਾਈ ਦੀ ਅਤੇ ਡੇਢ ਦੀ ਤਾਰ ਕਿਹਾ ਜਾਂਦਾ ਹੈ। ਅਤੇ ਇਹ ਜਿਹੜੀ ਢਾਈ ਦੀ ਤਾਰ ਹੈ ਬਾਹਰੋਂ ਖੰਭਿਆਂ ਤੋਂ ਲੈ ਕੇ ਤੁਹਾਡੇ ਮੀਟਰ ਤੱਕ ਪਾਈ ਜਾਂਦੀ ਹੈ, ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਇਸ ਤਾਰ ਦੀ ਮਿਕਦਾਰ ਕਿੰਨੀ ਕੁ ਹੁੰਦੀ ਹੈ। ਅਤੇ ਜਿਹੜੀ ਉਸ ਤੋਂ ਅੱਗੇ ਮੀਟਰ ਤੋਂ ਲੈ ਕੇ ਤੁਹਾਡੇ ਅਪਲਾਈਂਸਿਸ, ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਭਾਵੇਂ ਉਹ ਪੱਖੇ ਹੋਣ, ਭਾਵੇਂ ਉਹ ਬੱਤੀਆਂ ਹੋਣ ਅਤੇ ਭਾਵੇਂ ਏਅਰ ਕੰਡੀਸ਼ਨ ਵਗੈਰਾ ਹੋਣ, ਉਹਨਾਂ ਨੂੰ ਪੰਜਾਬ ਦੇ ਅੰਦਰ ਜਿਹੜੀ ਤਾਰ ਪਾਈ ਜਾਂਦੀ ਹੈ ਉਹ ਇੱਕ ਤੋਂ ਵੀ ਘੱਟ ਹੈ, 0.5 ਅੱਧੀ ਦੀ ਜਾਂ ਇੱਕ ਦੀ ਪਾਈ ਜਾਂਦੀ ਹੈ। ਤੋ ਮੇਰੇ ਕੋਲ ਇੱਥੇ ਡੇਢ ਦੀ ਤਾਰ ਹੈ, ਜਿਸ ਦੀ ਮਿਕਦਾਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਪਤਲੀ ਇਹ ਤਾਰ ਹੁੰਦੀ ਹੈ। ਅਤੇ ਆਪ ਜੀ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਤਾਰ ਢਾਈ ਦੀ ਅਸੀਂ ਬਾਹਰੋਂ ਲਿਆ ਕੇ ਮੀਟਰ ਤੱਕ ਪਾਉਂਦੇ ਹਾਂ ਅਤੇ ਮੀਟਰ ਤੋਂ ਅੱਗੇ ਅੱਧੀ ਦੀ ਜਾਂ ਇੱਕ ਦੀ ਤਾਰ ਪਾਈ ਜਾਂਦੀ ਹੈ, ਉਹਨਾਂ ਤਾਰਾਂ ਦੇ ਉੱਪਰ ਫਰਿੱਜਾਂ, ਕੂਲਰ, ਪੱਖੇ, ਲਾਈਟਾਂ, ਏਅਰ ਕੰਡੀਸ਼ਨ ਅਤੇ ਹੋਰ ਅਨੇਕਾਂ ਐਸੀਆਂ ਚੀਜ਼ਾਂ, ਮੋਬਾਈਲ ਫੋਨ ਚਾਰਜਰ ਵਗੈਰਾ ਅਸੀਂ ਲਾਉਂਦੇ ਹਾਂ, ਅਤੇ ਉਹਨਾਂ ਤਾਰਾਂ ਦੇ ਅੰਦਰ ਇੰਨੀ ਤਾਕਤ ਨਹੀਂ ਹੁੰਦੀ ਕਿ ਉਹ ਇਸ ਲੋਡ ਨੂੰ ਚੱਕ ਸਕਣ, ਜਿਸ ਦਾ ਮੇਨ ਕਾਰਨ ਬਣਦਾ ਹੈ ਕਿ ਤਾਰਾਂ ਗਰਮ ਹੋ ਕੇ ਉਹ ਸੜ ਜਾਂਦੀਆਂ ਨੇ ਅਤੇ ਜਿੱਥੇ ਤਾਰਾਂ ਸੜਦੀਆਂ ਨੇ ਉਹਨਾਂ ਦੇ ਨਾਲ ਅੱਗ ਲੱਗਣ ਦਾ ਵੱਧ ਤੋਂ ਵੱਧ ਕਾਰਨ ਬਣਦਾ ਹੈ। ਅਤੇ ਵਿਦੇਸ਼ਾਂ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਗੁਰਮੁਖ ਪਿਆਰਿਓ ਕਿ ਜਿਹੜੀ ਮੀਟਰ ਤੋਂ ਬਾਹਰੋਂ ਸਪਲਾਈ ਆਈ ਜਾਂਦੀ ਹੈ ਘੱਟ ਤੋਂ ਘੱਟ 10 ਦੀ ਹੁੰਦੀ ਹੈ, ਉਹਨੂੰ 10 ਮਿਲ ਦੀ ਸਪਲਾਈ ਕਹੀ ਜਾਂਦੀ ਹੈ। ਅਤੇ ਮੀਟਰ ਤੋਂ ਤੁਹਾਡੇ ਘਰਾਂ ਤੱਕ ਜਿੱਥੇ ਪਲੱਗ ਲਾਉਣੇ ਨੇ, ਚਾਹੇ ਮੋਬਾਈਲ ਫੋਨ ਚਾਰਜਰ ਲਾਉਣਾ ਹੈ ਅਤੇ ਭਾਵੇਂ ਤੁਸੀਂ ਆਪਣੇ ਟੈਲੀਵਿਜ਼ਨ, ਫਰਿੱਜ ਵਗੈਰਾ ਲਾਉਣੇ ਹਨ, ਉਹਨਾਂ ਨੂੰ ਢਾਈ ਦੀ ਤਾਰ ਪਾਈ ਜਾਂਦੀ ਹੈ। ਅਤੇ ਉਹ ਵੀ ਕੇਵਲ ਸਿਰਫ 10 ਪਲੱਗ ਉਹਦੇ 'ਤੇ ਲਾਏ ਜਾਂਦੇ ਨੇ ਕਿ 10 ਤੋਂ ਵੱਧ ਚੀਜ਼ਾਂ ਤੁਸੀਂ ਉਹਦੇ ਉੱਪਰ ਲਾ ਨਹੀਂ ਸਕਦੇ, ਸੋ 10 ਪੁਆਇੰਟ ਤੁਹਾਡੇ ਬਣਾਉਣੇ ਪੈਂਦੇ ਨੇ। ਅਤੇ ਡੇਢ ਦੀ ਤਾਰ ਵਰਤੀ ਜਾਂਦੀ ਹੈ ਲਾਈਟਾਂ ਵਾਸਤੇ, ਅਤੇ ਉਹ ਵੀ ਲਾਈਟਾਂ ਕੇਵਲ 10 ਤੁਸੀਂ ਵਰਤ ਸਕਦੇ ਹੋ, ਉਹਨਾਂ ਤੋਂ ਵੱਧ ਲਾਈਟਾਂ ਨਹੀਂ ਵਰਤਦੇ, ਤੁਹਾਨੂੰ ਇੱਕ ਨਵੀਂ ਕੇਬਲ ਹੋਰ ਪਾਉਣੀ ਪਵੇਗੀ। ਕਹਿਣ ਤੋਂ ਭਾਵ ਜੇਕਰ ਏਅਰ ਕੰਡੀਸ਼ਨ ਅਤੇ ਹੋਰ ਐਸੀਆਂ ਚੀਜ਼ਾਂ ਲਾਉਣੀਆਂ ਨੇ ਉਹਨਾਂ ਵਾਸਤੇ ਘੱਟ ਤੋਂ ਘੱਟ 6 ਮਿਲ ਦੀ ਅਤੇ 10 ਮਿਲ ਦੀ ਤਾਰ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜੀ ਕਿ ਉਹਦੇ ਲੋਡ ਨੂੰ ਚੱਕ ਸਕੇ, ਕਿਉਂਕਿ ਤਕਰੀਬਨ 2 ਕਿਲੋਵਾਟ, 2.5 ਕਿਲੋਵਾਟ ਦੇ ਜਿਹੜੇ ਏਅਰ ਕੰਡੀਸ਼ਨ ਨੇ ਉਹਨਾਂ ਵਾਸਤੇ ਜਿਹੜੀ ਡੇਢ ਦੀ ਤਾਰ ਵਰਤੀ ਜਾਂਦੀ ਹੈ, ਇੱਕ ਦੀ ਤਾਰ ਵਰਤੀ ਜਾਂਦੀ ਹੈ, ਉਹ ਤਾਰ ਸਰਾਸਰ ਗਲਤ ਹੈ ਅਤੇ ਜਿਹੜੀ ਅੱਗ ਦਾ ਕਾਰਨ ਬਣਦੀ ਹੈ। ਅਤੇ ਇਹੀ ਮੁੱਖ ਕਾਰਨ ਗੁਰਮੁਖ ਪਿਆਰਿਓ ਬਣਦੇ ਨੇ। ਗੁਰੂ ਘਰਾਂ ਦੇ ਅੰਦਰ ਜਦੋਂ ਬਿਜਲੀ ਦੇ ਉੱਪਰ 24 ਘੰਟੇ ਪੱਖੇ ਚੱਲ ਦਿੱਤੇ, ਛੱਡ ਦਿੱਤੇ ਜਾਂਦੇ ਨੇ, ਏਅਰ ਕੰਡੀਸ਼ਨ ਚੱਲਦੇ ਛੱਡ ਦਿੱਤੇ ਜਾਂਦੇ ਨੇ ਕਿ ਗਰਮੀ ਤੋਂ ਬਚਾਅ ਹੋ ਸਕੇ, ਪਰ ਉਹ ਤਾਰਾਂ ਹੀ ਇੰਨੀਆਂ ਕੁ ਗਰਮ ਹੋ ਜਾਂਦੀਆਂ ਨੇ ਕਿ ਉਹ ਆਪਣੇ ਆਪ ਅੱਗ ਦਾ ਕਾਰਨ ਬਣਦੀਆਂ ਨੇ। ਅਤੇ ਨੰਬਰ 2 ਦੇ ਉੱਪਰ ਗੁਰਮੁਖ ਪਿਆਰਿਓ ਜਿੱਥੇ ਵੱਡੀਆਂ ਤਾਰਾਂ ਪਾਈਆਂ ਜਾਂਦੀਆਂ ਨੇ, ਭਾਵ ਕਿ ਜਿੱਥੇ 5 ਮੀਟਰ ਤਾਰ ਦੀ ਲੋੜ ਹੈ ਉੱਥੇ 10 ਮੀਟਰ ਤਾਰ ਲੈ ਲਈ ਜਾਂਦੀ ਹੈ, ਅਤੇ ਜਿੱਥੇ 10 ਮੀਟਰ ਦੀ ਲੋੜ ਹੈ ਉੱਥੇ 15-20 ਮੀਟਰ ਦੀ ਤਾਰ ਲੈ ਲਈ ਜਾਂਦੀ ਹੈ। ਅਤੇ ਅਸੀਂ ਆਮ ਜਿਹਾ ਸੋਚ ਲੈਂਦੇ ਹਾਂ ਕਿ ਲੰਬੀ ਤਾਰ ਚੰਗੀ ਹੈ, ਕਿਤੇ ਕੰਮ ਆ ਜਾਵੇਗੀ, ਪਰ ਉਹਦਾ ਮੇਨ ਕਾਰਨ ਗੁਰਮੁਖ ਪਿਆਰਿਓ ਇਹ ਬਣਦਾ ਹੈ ਕਿ ਜਦੋਂ ਤਾਰਾਂ 1 ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਤੁਸੀਂ ਲੈ ਕੇ ਜਾਂਦੇ ਹੋ, ਉਹਨਾਂ ਤਾਰਾਂ ਨੂੰ ਜੇਕਰ ਆਪ ਜੀ ਗੋਲ ਰੂਪ ਦੇ ਵਿੱਚ ਪਿੰਨਾਂ ਬਣਾ ਕੇ ਰੱਖ ਦਿੰਦੇ ਹੋ, ਤਾਂ ਸਾਇੰਸ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਅਤੇ ਤੁਸੀਂ ਆਪ ਚੈੱਕ ਕਰ ਸਕਦੇ ਹੋ ਕਿ ਜਦੋਂ ਤਾਰਾਂ ਨੂੰ ਗੋਲ ਪਿੰਨਾਂ ਬਣਾ ਕੇ ਰੱਖ ਦਿੱਤਾ ਜਾਂਦਾ ਹੈ ਅਤੇ ਇਲੈਕਟ੍ਰਿਸਿਟੀ ਉਹਨਾਂ ਦੇ ਵਿੱਚੋਂ ਲੰਘਦੀ ਹੈ, ਤਾਂ ਉਹ ਇੱਕ ਮੈਗਨੇਟ ਪੈਦਾ ਕਰਦੀਆਂ ਨੇ। ਤੁਸੀਂ ਕੋਈ ਲੋਹੇ ਦੀ ਚੀਜ਼ ਲੈ ਕੇ ਉਸ ਪਿੰਨੇ ਦੇ ਵਿਚਾਲੇ ਰੱਖ ਕੇ ਦੇਖ ਸਕਦੇ ਹੋ, ਤੁਹਾਡੇ ਹੱਥ ਨੂੰ ਜਿਹੜਾ ਹੈ ਇੱਕ ਮੈਗਨੇਟ ਚੁੰਬਕ ਮਹਿਸੂਸ ਹੋਵੇਗਾ ਕਿ ਉਹ ਤਾਰਾਂ ਆਪਣੇ ਆਪ ਵੱਲ ਖਿੱਚਦੀਆਂ ਨੇ। ਅਤੇ ਜਿੱਥੇ 40 ਤੋਂ 45 ਡਿਗਰੀ ਦਾ ਟੈਂਪਰੇਚਰ ਇਸ ਵਕਤ ਪੰਜਾਬ ਦੇ ਵਿੱਚ ਹੈ ਅਤੇ ਵਾਧੂ ਤਾਰਾਂ ਜਿਹੜੀਆਂ ਗੋਲ ਪਿੰਨੇ ਬਣਾ ਕੇ ਲਾਗੇ ਰੱਖੀਆਂ ਜਾਂਦੀਆਂ ਨੇ, ਉਹਨਾਂ ਦੇ ਅੰਦਰ ਆਪ ਮੁਹਾਰੇ ਇੱਕ ਮੈਗਨੇਟ ਪੈਦਾ ਹੁੰਦਾ ਹੈ ਜਿਹੜਾ ਤਾਰਾਂ ਨੂੰ ਅੱਗ ਲੱਗਣ ਦਾ ਮੇਨ ਕਾਰਨ ਬਣਦਾ। ਅਤੇ ਨੰਬਰ 2 ਦੇ ਉੱਪਰ ਕੁਝ ਇੱਕ ਪੁਆਇੰਟ ਐਸੇ ਹਨ ਕਿ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਕੇਬਲਾਂ ਦਿਖਾਈਆਂ ਸਨ, ਇੱਕ ਵਾਰ ਫਿਰ ਦਰਸ਼ਨ ਕਰਾ ਦੇਵਾਂ ਕਿ ਕੇਬਲ ਦੇ ਉੱਪਰ ਇੱਕ ਆਈਸੋਲੇਸ਼ਨ ਲੇਅਰ ਬਣਾਈ ਜਾਂਦੀ ਹੈ, ਉਸ ਤੋਂ ਅੱਗੇ ਇੱਕ ਹੋਰ ਆਈਸੋਲੇਸ਼ਨ ਲੇਅਰ ਹੁੰਦੀ ਹੈ ਅਤੇ 3ਜੇ ਨੰਬਰ 'ਤੇ ਜਾ ਕੇ ਜਿਹੜੀ ਹੈ ਉਹ ਤਾਂਬੇ ਦੀ, ਕਾਪਰ ਦੀ ਤਾਰ ਅੰਦਰ ਆਉਂਦੀ ਹੈ।
ਇਹਦਾ ਮੁੱਖ ਕਾਰਨ ਇਹ ਬਣਦਾ ਹੈ ਕਿ ਜਿਹੜੀ ਉੱਪਰਲੀ ਆਈਸੋਲੇਸ਼ਨ ਲੇਅਰ ਹੈ ਉਹ ਬਾਹਰਲੇ ਤਾਪਮਾਨ ਤੋਂ ਬਾਹਰਲੀ ਗਰਮੀ ਸਰਦੀ ਤੋਂ ਤਾਰ ਦਾ ਬਚਾਅ ਕਰਦੀ ਹੈ, ਤੇ ਜਿਹੜੀ ਅੰਦਰਲੀ ਆਈਸੋਲੇਸ਼ਨ ਲੇਅਰ ਹੈ ਉਹ ਤੁਹਾਡੀ ਤਾਰ ਦੇ ਅੰਦਰ ਜਦੋਂ ਬਿਜਲੀ ਚੱਲਦੀ ਹੈ ਉਸ ਬਿਜਲੀ ਦੇ ਨਾਲ ਜਿਹੜੀ ਗਰਮਾਇਸ਼ ਪੈਦਾ ਹੁੰਦੀ ਹੈ ਉਸ ਨੂੰ ਕੰਟਰੋਲ ਕਰਦੀ ਹੈ ਤੇ ਬਾਹਰਲੇ ਪਾਸੇ ਜਾਣ ਨਹੀਂ ਦਿੰਦੀ। ਸੋ ਇਸ ਤਰੀਕੇ ਦੇ ਨਾਲ ਡਬਲ ਆਈਸੋਲੇਟਡ ਵਾਇਰਾਂ ਜਿਹੜੀਆਂ ਹਨ ਉਹ ਗਰਮੀ ਦੇ ਰੂਪ ਦੇ ਵਿੱਚ ਬਿਜਲੀ ਦੇ ਜਿਹੜੇ ਨੇ ਤਾਰਾਂ ਦੇ ਸੜਨ ਨੂੰ ਬਹੁਤ ਵੱਡੇ ਰੂਪ ਦੇ ਵਿੱਚ ਜਿਹੜੀ ਉਹ ਸਹਾਇਤਾ ਕਰਦੀਆਂ ਨੇ, ਤਾਰਾਂ ਨੂੰ ਰੋਕਦੀਆਂ ਨੇ। ਪਰ ਪੰਜਾਬ ਦੇ ਅੰਦਰ ਬਹੁਤ ਪਤਲੀ ਕੇਬਲ ਪਾਈ ਜਾਂਦੀ ਹੈ ਤੇ ਕੇਵਲ ਇੱਕ ਸਿੰਗਲ ਲੇਅਰ ਹੁੰਦੀ ਹੈ ਜਿਸ ਨੂੰ ਕਿ ਤੁਸੀਂ ਆਮ ਪੰਜਾਬ 'ਚ ਦੇਖਿਆ ਹੋਵੇਗਾ ਕਿ ਮੂੰਹ 'ਚ ਤਾਰ ਲੈ ਕੇ ਤੁਸੀਂ ਛਿੱਲਦੇ ਹੋ ਤੇ ਉਹ ਛਿੱਲੀ ਜਾਂਦੀ ਹੈ। ਕਹਿਣ ਤੋਂ ਭਾਵ ਕਿ ਡਬਲ ਆਈਸੋਲੇਟਡ ਵਾਇਰ ਦੀ ਜਗ੍ਹਾ ਦੇ ਉੱਪਰ ਇੱਕ ਪਤਲੀ ਲੇਅਰ ਵਾਲੀਆਂ ਤਾਰਾਂ ਵਰਤੀਆਂ ਜਾਂਦੀਆਂ ਨੇ ਤੇ ਤਾਰਾਂ ਵੀ ਬਹੁਤ ਛੋਟੇ ਜਿਹੜੀਆਂ ਹਨ ਕੁਆਲਿਟੀ ਦੀਆਂ ਵਰਤੀਆਂ ਜਾਂਦੀਆਂ ਹਨ ਜਿਹੜੀਆਂ ਅੱਗ ਦਾ ਉਹ ਕਾਰਨ ਬਣਦੀਆਂ ਨੇ। ਸੋ ਪੰਜਾਬ ਦੇ ਗੁਰੂ ਘਰਾਂ ਦੇ ਅੰਦਰ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਤੇ ਇੱਥੋਂ ਵੀ ਸੁਨੇਹੇ ਲਾਏ ਸਨ ਕਿ ਕਿੰਨੇ ਕੁ ਗੁਰਮੁਖ ਪਿਆਰੇ ਹਨ ਜਦੋਂ ਗੁਰਦੁਆਰਾ ਸਾਹਿਬ ਬਣਾਇਆ ਜਾਂਦਾ ਹੈ, ਬਿਜਲੀ ਦੀ ਫਿਟਿੰਗ ਕਰਾਈ ਜਾਂਦੀ ਹੈ ਤੇ ਇਹ ਚੈੱਕ ਕਰਦੇ ਨੇ ਕਿ ਜਿਹੜਾ ਬਿਜਲੀ ਦੀਆਂ ਤਾਰਾਂ ਪਾਉਣ ਵਾਲਾ ਵਿਅਕਤੀ ਹੈ ਉਹ ਸਰਟੀਫਾਈਡ ਹੈ, ਬਿਜਲੀ ਦਾ ਕੋਰਸ ਉਸਨੇ ਕੀਤਾ ਹੋਇਆ, ਉਸਨੂੰ ਬਿਜਲੀ ਦੀ ਜਾਣਕਾਰੀ ਹੈ ਜਾਂ ਨਹੀਂ। ਪਰ ਮਾਫ ਕਰਿਓ, ਮੈਂ ਕਿਸੇ ਦੀ ਰੋਜ਼ੀ ਰੋਟੀ ਤੇ ਲੱਤ ਨਹੀਂ ਮਾਰਨਾ ਚਾਹੁੰਦਾ, ਪਰ ਸਾਡੇ ਆਮ ਉੱਥੇ ਮਾਹੌਲ ਹੈ ਕਿ ਜਿਹੜਾ ਕੋਈ ਕਿਸੇ ਕੰਮ ਦਾ ਨਹੀਂ ਉਹ ਬਿਜਲੀ ਮਕੈਨਿਕ, ਸਕੂਟਰ ਮਕੈਨਿਕ ਤੇ ਕਾਰ ਮਕੈਨਿਕ ਬਣ ਜਾਵੇ, ਭਾਵ ਜਿਹੜਾ ਕਦੇ ਸਕੂਲ ਨਹੀਂ ਗਿਆ ਉਸਨੂੰ ਅਸੀਂ ਇਹਨਾਂ ਕਾਰਜਾਂ 'ਚ ਲਾ ਦਿੰਦੇ ਹਾਂ। ਸੋ ਕਹਿਣ ਤੋਂ ਭਾਵ ਉੱਥੋਂ ਦੇ ਜਿਹੜੇ ਮਕੈਨਿਕ ਵੀ ਹਨ ਬਹੁਤਾਤ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਭਾਈ ਕਿਹੜੀ ਤਾਰ ਕਿੱਥੇ ਵਰਤਣੀ ਹੈ ਤੇ ਕਿਹੜੀ ਤਾਰ ਕਿੱਥੇ ਵਰਤਣੀ ਹੈ। ਜਿਹੜੀ ਹੱਥ ਆਈ ਉਹ ਤਾਰ ਪਾ ਕੇ ਤੇ ਕੰਮ ਚਲਾ ਦਿੱਤਾ ਜਾਂਦਾ ਹੈ, ਭਾਵੇਂ ਇਧਰੋਂ ਕੁੰਡੀਆਂ ਮਾਰ ਲਓ ਤੇ ਭਾਵੇਂ ਉਧਰੋਂ ਕੁੰਡੀਆਂ ਮਾਰ ਲਓ, ਜਿਹੜੀਆਂ ਕਿ ਬਾਅਦ ਦੇ ਵਿੱਚ ਅੱਗ ਦਾ ਕਾਰਨ ਬਣਦੀਆਂ ਨੇ, ਬਿਜਲੀ ਫਿਟਿੰਗ ਸੜਨ ਦਾ ਕਾਰਨ ਬਣਦੀਆਂ। ਸੋ ਕਹਿਣ ਤੋਂ ਭਾਵ ਕਿ ਬਿਜਲੀ ਫਿਟਿੰਗ ਕਰਨ ਵੇਲੇ ਘੱਟ ਤੋਂ ਘੱਟ ਅਸੀਂ ਇਹ ਚੈੱਕ ਕਰੀਏ ਕਿ ਜਿਹੜਾ ਮਿਸਤਰੀ ਲਾਇਆ ਜਾ ਰਿਹਾ, ਜਿਹੜਾ ਇਲੈਕਟ੍ਰੀਸ਼ਨ ਲਾਇਆ ਜਾ ਰਿਹਾ, ਉਸਨੂੰ ਇਸ ਗੱਲ ਦੀ ਜਾਣਕਾਰੀ ਹੋਵੇ। ਜਿੱਥੇ ਅਸੀਂ ਏਅਰ ਕੰਡੀਸ਼ਨ ਲਾਉਣੇ ਨੇ, ਜਿੱਥੇ ਅਸੀਂ ਪੱਖੇ ਲਾਉਣੇ ਨੇ, ਜਿੱਥੇ ਅਸੀਂ ਬੱਤੀਆਂ ਲਾਉਣੀਆਂ ਨੇ, ਇਹਨਾਂ ਤਿੰਨਾਂ ਦੀ ਵੱਖੋ ਵੱਖਰੀ ਤਾਰ ਹੋਵੇ ਜਿਹੜੀ ਫਿਊਜ਼ ਬੋਰਡ ਤੋਂ ਆਉਂਦੀ ਹੈ, ਜਿਹੜੀ ਤੁਹਾਡੇ ਫਿਊਜ਼ ਸਪਰ ਤੋਂ ਆਉਂਦੀ ਹੈ, ਭਾਵ ਕਿ ਪਿੱਛੋਂ ਇੱਕੋ ਹੀ ਤਾਰ ਲਿਆ ਕੇ ਉਹਦੇ ਤੋਂ ਹੀ ਲਾਈਟਾਂ, ਉਹਦੇ ਤੋਂ ਹੀ ਪੱਖੇ, ਉਹਦੇ ਤੋਂ ਹੀ ਏਅਰ ਕੰਡੀਸ਼ਨ ਤੇ ਉਹਦੇ ਤੋਂ ਹੀ ਸਾਰਾ ਕਾਰਜ ਚਲਾ ਦੇਣਾ, ਉਹ ਤੁਹਾਡੀ ਇੱਕ ਤਾਰ ਦੇ ਉੱਪਰ ਸਾਰਾ ਲੋਡ ਪੈ ਕੇ ਜਿਹੜਾ ਬਿਜਲੀ ਸੜਨ ਦਾ ਕਾਰਨ ਬਣਦੀ ਹੈ ਤੇ ਜਿਹਦੇ ਨਾਲ ਅੱਗ ਲੱਗ ਕੇ ਬਾਅਦ ਦੇ ਵਿੱਚ ਨੁਕਸਾਨ ਹੁੰਦਾ। ਸੋ ਗੁਰੂ ਘਰਾਂ ਦੇ ਅੰਦਰ ਖਾਸ ਤੌਰ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਤੇ ਉਹਨਾਂ ਤਾਰਾਂ ਨੂੰ ਡਬਲ ਆਈਸੋਲੇਟਡ ਕੀਤਾ ਜਾਵੇ ਜਿਹੜੀਆਂ ਏਅਰ ਕੰਡੀਸ਼ਨ ਅਤੇ ਪੱਖਿਆਂ ਵਾਸਤੇ ਹਨ, ਤਾਂ ਜੋ ਬਿਜਲੀ ਦੇ ਕਾਰਨ ਅੱਗ ਲੱਗਣ ਦੇ ਕਾਰਨ ਉਹ ਘੱਟ ਬਣ। ਤੇ ਗੁਰਮੁਖ ਪਿਆਰਿਓ, ਇਹ ਤਾਂ ਸਨ ਕੁਝ ਇੱਕ ਗੱਲਾਂ ਜਿਹੜੀਆਂ ਕਿ ਬਿਜਲੀ ਦੇ ਪ੍ਰਥਾਏ ਸਨ ਤੇ ਮੈਂ ਉਮੀਦ ਕਰਦਾ ਕਿ ਗੁਰੂ ਘਰਾਂ ਦੇ ਪ੍ਰਬੰਧ ਅੰਦਰ ਜਿੱਥੇ ਅਸੀਂ ਵਧੀਆ ਤੋਂ ਵਧੀਆ ਪੱਥਰ ਲਗਾ ਕਰਕੇ, ਵਧੀਆ ਤੋਂ ਵਧੀਆ ਸਮਾਨ ਲਿਆ ਕਰਕੇ, ਗੁਰੂ ਸਾਹਿਬ ਜੀ ਦੇ ਕਾਰਪੇਟ ਵੀ ਅੱਜ ਕੱਲ੍ਹ ਤੇ ਪੰਜਾਬ ਦੇ ਅੰਦਰ ਵਿਛਾਏ ਜਾਣ ਲੱਗ ਪਏ ਨੇ ਦਰਬਾਰ ਸਾਹਿਬ ਦੇ ਅੰਦਰ, ਸੋ ਉਹਨਾਂ 'ਤੇ ਧਿਆਨ ਦਿੰਦੇ ਹਾਂ। ਸੋ ਬਿਜਲੀ ਦੀ ਫਿਟਿੰਗ ਨੂੰ ਕੇਵਲ ਇੱਕ ਮਾਮੂਲੀ ਕੰਮ ਨਾ ਮੰਨਿਆ ਜਾਵੇ, ਉਹਦੇ ਵਾਸਤੇ ਖਾਸ ਧਿਆਨ ਦਿੱਤਾ ਜਾਵੇ ਤੇ ਐਸੇ ਫਿਊਜ਼ ਬ੍ਰੇਕਰ ਲਾਏ ਜਾਣ ਜਿਹੜੇ ਛੋਟੇ ਜਿਹੇ ਕਾਰਨ ਵਿੱਚੋਂ ਜਲਦੀ ਟ੍ਰਿਪ ਹੋ ਸਕਦੇ ਨੇ। ਤੇ ਖਾਸ ਤੌਰ 'ਤੇ ਪੰਜਾਬ 'ਚ ਇਹ ਗੱਲ ਦੇਖੀ ਹੈ ਕਿ ਬਿਜਲੀ ਗਰਮੀ ਦੇ ਦਿਨਾਂ ਦੌਰਾਨ ਜਿਹੜੇ ਫਿਊਜ਼ ਬੋਰਡ ਲਾਏ ਵੀ ਜਾਂਦੇ ਨੇ, ਮੈਂ ਗੁਰਮੁਖਾਂ ਦੇ ਘਰਾਂ 'ਚ ਦਰਸ਼ਨ ਕੀਤੇ ਨੇ, ਸੋ ਉਹ ਇਹ ਸੋਚ ਲੈਂਦੇ ਨੇ ਕਿ ਜੀ ਗਰਮ ਹੋ ਕੇ ਵਾਰ ਵਾਰ ਟ੍ਰਿਪ ਹੋ ਜਾਂਦਾ ਤੇ ਉਹ ਛੋਟਾ ਫਿਊਜ਼ ਕੱਢ ਕੇ ਵੱਡਾ ਫਿਊਜ਼ ਪਾ ਦਿੰਦੇ ਨੇ ਕਿ ਵਾਰ ਵਾਰ ਟ੍ਰਿਪ ਨਾ ਹੋਵੇ, ਪਰ ਉਹ ਇਸ ਗੱਲ ਨੂੰ ਇਹ ਨਹੀਂ ਜਾਣਦੇ ਕਿ ਉਹ ਤੁਹਾਡਾ ਛੋਟੇ ਤੋਂ ਵੱਡਾ ਕੀਤਾ ਫਿਊਜ਼ ਆਪ ਤੇ ਟ੍ਰਿਪ ਨਹੀਂ ਹੋਵੇਗਾ ਪਰ ਬਿਜਲੀ ਦੀਆਂ ਤਾਰਾਂ ਸੜਨ ਦਾ ਕਾਰਨ ਬਣੇਗਾ ਜਿਹਦੇ ਕਾਰਨ ਕਰਕੇ ਉਹ ਅੱਗ ਲੱਗਦੀ ਹੈ। ਤੇ ਇਹ ਤਾਂ ਸਨ ਜੀ ਕੁਝ ਇੱਕ ਬਿਜਲੀ ਦੇ ਪੁਆਇੰਟ ਜਿਹੜੇ ਨਜ਼ਰ ਦੇ ਵਿੱਚ ਰੱਖਣੇ ਚਾਹੀਦੇ ਨੇ। ਤੇ ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਅੱਗ ਤੋਂ ਬਚਾਉਣ ਵਾਸਤੇ ਜਿਹੜੀਆਂ ਕੁਝ ਇੱਕ ਆਮ ਜੀਆਂ ਅਸੀਂ ਗੱਲਾਂ ਦਾ ਧਿਆਨ ਨਹੀਂ ਰੱਖਦੇ, ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਉਹ ਕੱਪੜਾ ਵਰਤਿਆ ਜਾਵੇ ਜਿਹੜਾ ਅੱਗ ਲੱਗਣ ਤੇ ਇੱਕ ਲਿਫਾਫੇ ਦੀ ਤਰ੍ਹਾਂ ਜਾਂ ਪਲਾਸਟਿਕ ਦੀ ਤਰ੍ਹਾਂ ਚੁੰਬੜਦਾ ਨਹੀਂ। ਬਹੁਤ ਸਾਰੇ ਐਸੇ ਪ੍ਰੋਸਟਰੀਨ ਮਟੀਰੀਅਲ ਹਨ ਜਿਹੜੇ ਅੱਗ ਦੇ ਨਾਲ ਐਸੀ ਤਰ੍ਹਾਂ ਦੀ ਆਪਣੀ ਇੱਕ
ਕੀ ਕਹਿੰਦੇ ਨੇ ਕਿ ਸੇਕ ਪੈਦਾ ਕਰਦੇ ਨੇ, ਧੂੰਆਂ ਪੈਦਾ ਕਰਦੇ ਨੇ, ਤੇ ਉਹ ਇੱਕ ਚੁਇੰਗਮ ਦੀ ਤਰ੍ਹਾਂ ਹੋ ਜਾਂਦੇ ਨੇ ਕਿ ਜਿਹੜੀ ਚੀਜ਼ ਦੇ ਉੱਪਰ ਉਹ ਕੱਪੜਾ ਪਾਇਆ ਗਿਆ ਹੋਵੇ, ਭਾਵੇਂ ਤੁਹਾਡਾ ਸਰੀਰ ਹੈ, ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਸੰਭਾਲ ਵਾਸਤੇ ਹੈ, ਤੇ ਭਾਵੇਂ ਪਾਲਕੀ ਸਾਹਿਬ ਤੇ ਰੁਮਾਲਿਆਂ ਦੇ ਰੂਪ 'ਚ ਹੈ, ਉਹ ਕੱਪੜਾ ਇੱਕ ਲਿਫਾਫੇ ਦੀ ਤਰ੍ਹਾਂ ਚੁੰਬੜ ਜਾਂਦਾ ਹੈ, ਤੇ ਜਿੰਨੀ ਦੇਰ ਤੱਕ ਉਹ ਆਪ ਮੱਚ ਨਹੀਂ ਜਾਂਦਾ ਉਨੀ ਦੇਰ ਤੱਕ ਉਸ ਚੀਜ਼ ਨੂੰ ਛੱਡਦਾ ਨਹੀਂ। ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿ ਰੁਮਾਲੇ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁੱਖ ਆਸਣ ਦੇ ਵਸਤਰ ਉਸ ਕੱਪੜੇ ਦੇ ਵਰਤੇ ਜਾਣ ਜਿਹੜਾ ਅੱਗ ਤੋਂ ਬਹੁਤ ਘੱਟ ਅੱਗ ਫੜਦਾ ਹੋਵੇ, ਨਾ ਕਿ ਇੱਕ ਸ਼ੋਅ ਵਾਸਤੇ ਜਾਂ ਚਮਕੀਲੇ ਭੜਕੀਲੇ ਅਸੀਂ ਵਸਤਰ ਅਸੀਂ ਵਰਤ ਲਈਏ। ਮਾਫ਼ ਕਰਨਾ ਕਿ ਗੁਰੂ ਸਾਹਿਬ ਜੀ ਦਾ ਸਤਿਕਾਰ ਅਸੀਂ ਜ਼ਰੂਰ ਕਰਨਾ ਹੈ, ਪਰ ਸੇਫਟੀ ਵਜੋਂ ਮਹਾਰਾਜ ਜੀ ਦੇ ਅਦਭੁਤ ਸਤਿਕਾਰ ਵਜੋਂ ਇਹਨਾਂ ਗੱਲਾਂ ਦਾ ਧਿਆਨ ਉਹ ਸੰਗਤ ਜੀ ਜ਼ਰੂਰ ਰੱਖਿਆ ਜਾਵੇ। ਅਤੇ ਨੰਬਰ 2 ਦੇ ਉੱਪਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਪਿਛਲੇ 2 ਸਾਲ ਦੇ ਵਿੱਚ ਦਾਸ ਨੇ ਯਤਨ ਕੀਤਾ ਸੀ ਕਿ ਆਪ 'ਚ ਸੰਗਤਾਂ ਦੀ ਕਚਹਿਰੀ ਦੇ ਵਿੱਚ ਗੱਲ ਰੱਖ ਸਕਾਂ, ਭਾਵੇਂ ਸ਼੍ਰੋਮਣੀ ਕਮੇਟੀ ਹੈ, ਭਾਵੇਂ ਸਾਡੇ ਸਤਿਕਾਰ ਕਮੇਟੀ ਦੇ ਸਿੰਘ ਨੇ, ਤੇ ਭਾਵੇਂ ਵਿਦੇਸ਼ਾਂ 'ਚ ਬੈਠੇ ਜਾਗਰੂਕ ਸਿੱਖ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਪ੍ਰਤੀ ਸੁਚੇਤ ਨੇ ਤੇ ਰੋਕਥਾਮ ਕਰਨਾ ਚਾਹੁੰਦੇ ਨੇ। ਉਹਨਾਂ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਕਿਉਂ ਨਾ ਐਸੇ ਕੰਬਲ ਬਣਾਏ ਜਾਣ, ਐਸੇ ਬਲੈਂਕਟ ਬਣਾਏ ਜਾਣ ਜਿਹੜੇ ਅੱਗ ਰੋਧਕ ਹੋਣ, ਭਾਵ ਅੱਗ ਨੂੰ ਨਹੀਂ ਫੜਦੇ, ਜਿਹਨਾਂ ਦੇ ਵਿੱਚ ਅੱਗ ਅਸਰ ਨਹੀਂ ਕਰਦੀ। ਤੇ ਆਪ ਸੰਗਤ ਜੀ ਇਸ ਗੱਲ ਨੂੰ ਦੇਖ ਕੇ ਹੈਰਾਨ ਹੋਵੋਗੇ ਕਿ ਐਸਾ ਕੱਪੜਾ ਹੋ ਸਕਦਾ ਹੈ ਜਾਂ ਨਹੀਂ। ਸੋ ਮੇਰੇ ਕੋਲ, ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਇੱਕ ਬਲੈਂਕਟ ਐਸਾ ਲੈ ਕੇ ਆਇਆ ਜਿਹੜਾ ਕਿ ਆਮ ਰੂਪ ਦੇ ਵਿੱਚ ਇਸੇ ਵਿਦੇਸ਼ਾਂ ਦੀ ਧਰਤੀ ਤੇ ਅਸੀਂ ਵਰਤਦੇ ਹਾਂ ਕੰਮਾਂ ਕਾਰਾਂ ਵਾਸਤੇ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਲੈਂਕਟ ਦੀ ਤਰ੍ਹਾਂ, ਕੱਪੜੇ ਦੀ ਤਰ੍ਹਾਂ ਇਹ ਕੱਪੜਾ ਹੈ, ਤੇ ਇਹ ਬਹੁਤਾ ਜ਼ਿਆਦਾ ਕੋਈ ਮੋਟਾ ਵੀ ਨਹੀਂ, ਇਸ ਤੋਂ ਪਤਲਾ ਵੀ ਜਿਹੜਾ ਉਹ ਲਿਆ ਜਾ ਸਕਦਾ, ਤੇ ਬਹੁਤ ਹੀ ਨਰਮ ਵੀ ਹੈ, ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਇਸ ਨੂੰ ਮੋੜ ਸਕਦੇ ਹੋ, ਤਹਿ ਲਾਈ ਜਾ ਸਕਦੀ ਹੈ। ਸੋ ਇਹ ਕੱਪੜਾ ਜਿਹੜਾ ਹੈ ਉਹ ਅੱਗ ਨਹੀਂ ਫੜਦਾ। ਸੋ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਡੈਮੋ ਦੇਣੀ ਚਾਹਾਂਗਾ ਕਿ ਆਪ ਸੰਗਤ ਜੀ ਸ਼ਾਇਦ ਇਸ ਗੱਲ ਨੂੰ ਪਹਿਚਾਣ ਸਕੋ ਕਿ ਇਹ ਕੱਪੜਾ ਆਪ ਜੀ ਦੇਖ ਸਕਦੇ ਹੋ ਕਿ ਆਪਾਂ ਜਿੰਨਾ ਮਰਜ਼ੀ ਇਹਨੂੰ ਅੱਗ ਲਾਉਣ ਦਾ ਯਤਨ ਕਰੀਏ, ਅੱਗ ਦੇ ਵਿੱਚ ਅਸੀਂ ਸਾੜਨ ਦਾ ਯਤਨ ਕਰੀਏ, ਇਹ ਕੱਪੜਾ ਕਦੇ ਵੀ ਅੱਗ ਨਹੀਂ ਫੜੇਗਾ, ਕਿਉਂਕਿ ਇਸਦਾ ਮਟੀਰੀਅਲ ਐਸਾ ਬਣਾਇਆ ਗਿਆ ਹੈ। ਤੇ ਆਪ ਜੀ ਦੇਖ ਸਕਦੇ ਹੋ ਕਿ ਹੁਣੇ ਹੁਣੇ ਇਸ ਕੱਪੜੇ ਨੂੰ ਮੈਂ ਜਿਸ ਤਰ੍ਹਾਂ ਅੱਗ ਵੀ ਲਾਉਣ ਦਾ ਯਤਨ ਕੀਤਾ ਸੀ, ਤੇ ਮੁੜ ਕੇ ਹੱਥ ਦੇ ਨਾਲ ਵੀ ਕੋਈ ਸੇਕ ਨਹੀਂ, ਕੋਈ ਕੁਛ ਨਹੀਂ। ਸੋ ਕਹਿਣ ਤੋਂ ਭਾਵ ਕਿ ਐਸੇ ਬਲੈਂਕਟ, ਐਸੇ ਕੱਪੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਸੰਭਾਲਣ ਵਾਸਤੇ ਜੇਕਰ ਅਸੀਂ ਵਰਤੀਏ, ਤੇ ਬਹੁਤ ਵੱਡੇ ਪੱਧਰ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਰੂਪ ਨੂੰ ਅੱਗ ਲੱਗਣ ਤੋਂ ਜਿਹੜਾ ਹੈ ਉਹ ਬਚਾਇਆ ਜਾ ਸਕਦਾ। ਸੋ ਇਹਨਾਂ ਦੀ ਕੋਈ ਬਹੁਤੀ ਜ਼ਿਆਦਾ ਕੋਸਟ ਵੀ ਨਹੀਂ ਆਉਣੀ, ਪਰ ਜ਼ਰੂਰੀ ਹੈ ਕਿ ਸਾਡੀ ਸ਼੍ਰੋਮਣੀ ਕਮੇਟੀ ਵੱਲੋਂ, ਸਿਰਮੌਰ ਸੰਸਥਾਵਾਂ ਵੱਲੋਂ, ਤਾਂ ਜਾਂ ਜਿਹੜੇ ਗੁਰਸਿੱਖ ਪਿਆਰੇ ਸੇਵਾ ਕਰ ਸਕਦੇ ਨੇ ਉਹ ਰਲ ਮਿਲ ਕੇ ਕੋਈ ਐਸਾ ਉਪਰਾਲਾ ਕਰਨ, ਤੇ ਆਪਾਂ ਵੱਖੋ ਵੱਖਰੇ ਗੁਰੂ ਘਰਾਂ ਦੇ ਅੰਦਰ ਐਸਾ ਕੱਪੜਾ ਜਾਂ ਬਲੈਂਕਟ ਦੇ ਰੂਪ ਦੇ ਵਿੱਚ ਇਹਨਾਂ ਨੂੰ ਵੱਖੋ ਵੱਖਰੇ ਰੰਗਾਂ 'ਚ ਵੀ ਆਪਾਂ ਬਣਵਾ ਸਕਦੇ ਹਾਂ, ਤੇ ਮਹਾਰਾਜ ਜੀ ਦੇ ਅਦਭੁਤ ਸਤਿਕਾਰ ਨੂੰ ਮੁੱਖ ਰੱਖਦੇ ਹਾਂ ਇੱਕ ਐਸੇ ਬਲੈਂਕਟ ਬਣਾਏ ਜਾਣ ਜਾਂ ਇੱਕ ਐਸਾ ਆਪਾਂ ਕੱਪੜਾ ਤਿਆਰ ਕਰੀਏ ਜਿਹਦੇ ਅੰਦਰ ਮਹਾਰਾਜ ਜੀ ਦੇ ਸਰੂਪ ਆਪਾਂ ਜਦੋਂ ਸੰਭਾਲ ਕੇ ਰੱਖੀਏ, ਭਾਵੇਂ ਕਿਤੇ ਗੁਰੂ ਨਾ ਕਰੇ ਐਸਾ ਕਾਰਜ ਹੋ ਜਾਵੇ, ਕੋਈ ਅੱਗ ਲੱਗ ਜਾਵੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਤੱਕ ਅੱਗ ਜਿਹੜੀ ਹੈ ਉਹ ਨਾ ਪਹੁੰਚ ਸਕੇ। ਸੋ ਉਸਦੇ ਵਾਸਤੇ ਦਾਸ ਇਕੱਲਾ ਇਹ ਉਪਰਾਲਾ ਨਹੀਂ ਕਰ ਸਕਦਾ। ਆਵਾਜ਼ੇ ਕੌਮ ਟੀਵੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਮਾਂ ਦੇ ਕੇ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਉਣ ਦਾ ਜਿਹੜਾ ਉਹ ਯਤਨ ਕੀਤਾ ਹੈ। ਸੋ ਆਓ ਰਲ ਮਿਲ ਕਰਕੇ ਆਪਾਂ ਇਹਨਾਂ ਕਾਰਨਾਂ ਦੀ ਘੋਖ ਪੜਤਾਲ ਕਰੀਏ। ਕੇਵਲ ਨਿੰਦਿਆ ਕਰ ਦਿੱਤੀ, ਮਨ ਅੰਦਰ ਰੋਸ ਪੈਦਾ ਕਰ ਲਿਆ ਤੇ ਇੱਕ ਦੂਜੇ ਨੂੰ ਉਲਾਂਭਾ ਦੇ ਦਿੱਤਾ, ਉਹਦੇ ਨਾਲ ਇਹਨਾਂ ਕਾਰਨਾਂ ਦੀ ਰੋਕਥਾਮ ਉਹ ਬਿਲਕੁਲ ਵੀ ਨਹੀਂ ਹੋਣੀ। ਜੇਕਰ ਰਲ ਮਿਲ ਕਰਕੇ ਅਸੀਂ ਉਪਰਾਲਾ ਕਰਕੇ ਕੁਛ ਐਸੀ ਸਹਾਇਤਾ ਕਰ ਦਈਏ ਜਾਂ ਉਹਨਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ, ਪੰਜ ਪਿਆਰੇ ਸਾਹਿਬਾਨ ਨੂੰ ਜਾਂ ਹੋਰ ਸਰਮੌਰ ਜਥੇਦਾਰ ਸਾਹਿਬਾਨ ਨੂੰ ਨਾਲ ਲੈ ਕਰਕੇ ਇਹਦੇ ਉੱਪਰ ਵਰਕ ਕੀਤਾ ਜਾਵੇ, ਕੇਵਲ ਗੱਲਾਂ ਦੇ ਨਾਲ ਹੀ ਘਰ ਪੂਰਾ ਨਾ ਕੀਤਾ ਜਾਵੇ, ਤੇ ਆਉਣ ਵਾਲੇ ਸਮੇਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਹੋਣ ਤੋਂ ਘੱਟ ਅਸੀਂ ਬਚਾ ਸਕਦੇ ਹਾਂ। ਤੇ ਜਿੱਥੇ ਗੁਰੂ ਘਰਾਂ ਦੇ ਅੰਦਰ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸੰਗਤ ਸਵਾਈ ਹੈ, ਸੋ ਸਮੇਂ-ਸਮੇਂ ਤੇ ਪ੍ਰਕਾਸ਼ ਕਰਕੇ ਸੁੱਖ ਆਸਣ ਕਰ ਦਿੱਤੇ ਜਾਣ, ਹੋਵੇ ਨਾ ਹੋਵੇ ਪੰਜਾਬ ਦੇ ਅੰਦਰ ਬਹੁਤ ਸਾਰੇ ਐਸੇ ਪਿੰਡ ਨੇ, ਬੜੇ ਮੇਰੇ ਵੀਰ ਐਨਆਰਆਈ ਭਰਾ ਬਾਹਰ ਬੈਠੇ ਨੇ,
ਆਪਾਂ ਕਿਸੇ ਇੱਕ ਪਿੰਡ ਦੇ ਵਿਅਕਤੀ ਨੂੰ ਜ਼ਿੰਮੇਵਾਰੀ ਦੇ ਦਈਏ ਕਿ ਗੁਰੂ ਘਰ ਦੇ ਅੰਦਰ ਪਹਿਰੇਦਾਰ ਦੀ ਡਿਊਟੀ ਕਰੇ, ਚੌਰ ਪਰਦਾਰ ਦੀ ਡਿਊਟੀ ਕਰੇ, ਤੇ ਕੋਈ ਬਹੁਤੀ ਜ਼ਿਆਦਾ ਸੰਗਤ 'ਚ ਮਾਇਆ ਵੀ ਨਹੀਂ ਲੱਗਦੀ, ਕੋਈ ਤਕਰੀਬਨ 4-5 ਹਜ਼ਾਰ ਰੁਪਈਏ ਦੇ ਵੀ ਆਪਾਂ ਨੂੰ ਸੇਵਾਦਾਰ ਮਿਲ ਜਾਣਗੇ ਕਿ ਜਿਹੜੇ ਕੋਈ ਬਹੁਤਾ ਜ਼ਿਆਦਾ ਕੰਮ ਨਹੀਂ ਕਰ ਸਕਦੇ ਪਰ 24 ਘੰਟੇ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਮੂਹਰੇ ਪਹਿਰਾ ਦੇ ਸਕਦੇ ਨੇ। ਕਿਉਂਕਿ ਜਿੱਥੇ ਅਸੀਂ ਲੱਖਾਂ ਰੁਪਈਆ ਆਪਣੇ ਕਾਰਜਾਂ 'ਤੇ ਵਰਤਦੇ ਹਾਂ, ਲੱਖਾਂ ਰੁਪਈਆ ਅਸੀਂ ਹੋਰ ਕਾਰਜਾਂ ਦੇ ਉੱਪਰ ਵਰਤਦੇ ਹਾਂ, ਸੋ ਜੇਕਰ 5-10 ਹਜ਼ਾਰ ਰੁਪਈਏ ਦੇ ਅੰਦਰ ਸਾਨੂੰ ਕੋਈ ਸੇਵਾਦਾਰ ਮਿਲਦਾ ਹੈ ਜਾਂ ਥੋੜ੍ਹੀ ਬਹੁਤੀ ਮਾਇਆ ਵੱਧ ਵੀ ਦੇਣੀ ਪੈਂਦੀ ਹੈ, ਤੇ ਆਪਾਂ ਕਿਉਂ ਨਾ ਉਪਰਾਲਾ ਕਰੀਏ ਕਿ ਘੱਟ ਤੋਂ ਘੱਟ ਸਾਡੇ ਪਿੰਡ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ 1-1, 2-2 ਪਹਿਰੇਦਾਰ ਐਸੇ ਆਪਾਂ ਪੈਦਾ ਕਰੀਏ, ਨਾਲੇ ਤੇ ਉਹਨਾਂ ਨੂੰ ਰੁਜ਼ਗਾਰ ਮਿਲੇ ਤੇ ਨਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੀ ਜਿਹੜੀ ਹੈ ਉਹ ਸੇਵਾ ਸੰਭਾਲ ਦੇ ਵਿੱਚ ਅਸੀਂ ਸੁਚੇਤ ਹੋਈਏ। ਕੇਵਲ ਬੇਅਦਬੀਆਂ ਤੋਂ ਬਾਅਦ ਰੌਲਾ ਪਾਈ ਜਾਣਾ ਤੇ ਗੱਲਾਂ ਕਰੀ ਜਾਣੀਆਂ, ਇੱਕ ਦੂਜੇ ਨੂੰ ਬਲੇਮ ਕਰੀ ਜਾਣੇ, ਇਹਦੇ ਨਾਲ ਜਿਹੜਾ ਉਹ ਹੱਲ ਨਹੀਂ ਹੋਣਾ। ਸੋ ਉਮੀਦ ਕਰਦਾ ਕਿ ਆਪ ਗੁਰਮੁਖ ਪਿਆਰਿਆਂ ਨੇ ਇਹਨਾਂ ਜਾਣਕਾਰੀਆਂ ਤੋਂ ਕੁਛ ਨਾ ਕੁਛ ਲਾਹਾ ਪ੍ਰਾਪਤ ਕੀਤਾ ਹੋਵੇਗਾ ਤੇ ਆਉਣ ਵਾਲੇ ਸਮੇਂ 'ਚ ਮੈਂ ਯਤਨ ਕਰਾਂਗਾ ਕਿ ਆਵਾਜ਼ੇ ਕੌਮ ਟੀਵੀ ਵੱਲੋਂ ਸ਼ਾਇਦ ਜੇਕਰ ਕੋਈ ਇਹ ਮੁਹਿੰਮ ਐਸੀ ਚਲਾ ਸਕਦੇ ਨੇ ਜਾਂ ਐਸਾ ਕਾਰਜ ਆਰੰਭ ਸਕਦੇ ਨੇ ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਰੁਕ ਸਕਣ ਤੇ ਅਸੀਂ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਜ਼ਿਕਰ ਕੀਤਾ ਹੈ ਕਿ ਬਿਜਲੀ ਦੇ ਪ੍ਰਬੰਧਾਂ ਵਾਸਤੇ ਤੇ ਪਾਣੀ ਦੇ ਪ੍ਰਬੰਧ ਵਾਸਤੇ ਖਾਸ ਤੌਰ ਦੇ ਉੱਪਰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਿਹੜੇ ਨੇ ਉਹਨਾਂ ਨੂੰ ਅਸੀਂ ਗਿੱਲੇ ਹੋਣ ਤੋਂ ਵੀ ਬਚਾਉਣਾ ਹੈ, ਭਾਵ ਪਾਣੀ ਦੇ ਨਾਲ ਅਸੀਂ ਗਿੱਲੇ ਨਹੀਂ ਕਰ ਸਕਦੇ, ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਕੱਪੜਾ ਦਿਖਾਇਆ ਹੈ, ਬਲੈਂਕਟ ਦਿਖਾਇਆ ਹੈ, ਸੋ ਫਾਇਰ ਪਰੂਫ ਤੇ ਵਾਟਰ ਪਰੂਫ ਦੋਨੇ ਮਿਲ ਜਾਂਦੇ ਨੇ ਸੰਗਤ ਜੀ, ਜਿਹੜਾ ਪਾਣੀ ਤੋਂ ਵੀ ਬਚਾਅ ਕਰਦਾ ਹੈ ਤੇ ਅੱਗ ਤੋਂ ਵੀ ਬਚਾਅ ਕਰਦਾ ਹੈ। ਕਿਉਂ ਨਾ ਅਸੀਂ ਐਸੇ ਕੱਪੜੇ ਦਾ ਕੋਈ ਬਲੈਂਕਟ ਤਿਆਰ ਕਰਕੇ, ਕੰਬਲ ਤਿਆਰ ਕਰਕੇ ਜਿਹੜਾ ਮਹਾਰਾਜ ਦੇ ਸਰੂਪ ਉਹਦੇ ਵਿੱਚ ਲਪੇਟੇ ਜਾ ਸਕਣ ਤਾਂ ਜੋ ਪਾਣੀ ਤੋਂ ਵੀ ਤੇ ਅੱਗ ਤੋਂ ਬਚਾਅ ਹੋਵੇ, ਤੇ ਖਾਸ ਤੌਰ ਦੇ ਉੱਪਰ ਮਹਾਰਾਜ ਜੀ ਦੇ ਸੱਚਖੰਡ ਦੇ ਅੰਦਰ ਪਾਲਕੀ ਸਾਹਿਬ ਜੀ ਦੇ ਲਾਗੇ ਛਾਗੇ ਜਿਸ ਤਰੀਕੇ ਦੇ ਨਾਲ ਬਾਹਰਲੇ ਦੇਸ਼ਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਕਿ ਅੱਗ ਲੱਗਣ ਦੇ ਉੱਪਰ ਤੁਰੰਤ ਪਾਣੀ ਦੀ ਬੌਛਾਰ ਚੱਲ ਪੈਂਦੀ ਹੈ ਤੇ ਅੱਗ ਰੋਕ ਲਈ ਜਾਂਦੀ ਹੈ, ਸੋ ਐਸਾ ਕੋਈ ਪ੍ਰਬੰਧ ਕੀਤਾ ਜਾ ਸਕੇ ਕਿ ਸੱਚਖੰਡ ਦੇ ਅੰਦਰ ਤੇ ਮਹਾਰਾਜ ਜੀ ਦੇ ਪਾਲਕੀ ਸਾਹਿਬ ਜੀ ਦੇ ਅੰਦਰ ਐਸਾ ਪ੍ਰਬੰਧ ਅਸੀਂ ਕਰ ਸਕੀਏ ਕਿ ਜੇਕਰ ਕੋਈ ਗੁਰੂ ਮਹਾਰਾਜ ਨਾ ਕਰਨ ਐਸਾ ਕਾਰਨ ਵਾਪਰਦਾ ਹੈ, ਸੋ ਪਾਣੀ ਦੀਆਂ ਬੌਛਾਰਾਂ ਚੱਲਣ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸਾਂਭਣ ਵਾਸਤੇ ਵਾਟਰ ਪਰੂਫ ਤੇ ਫਾਇਰ ਪਰੂਫ ਬਲੈਂਕਟ ਹੋਣ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗਿੱਲੇ ਹੋਣ ਤੋਂ ਵੀ ਆਪਣਾ ਬਚਾਅ ਕਰਨ ਤੇ ਅੱਗ ਤੋਂ ਵੀ ਜਿਹੜਾ ਸਾਡਾ ਬਚਾਅ ਕਰਨ। ਤੇ ਖਾਸ ਤੌਰ ਤੇ ਇੱਕ ਆਖਰੀ ਪੁਆਇੰਟ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਫਾਇਰ ਅਲਾਰਮਸ ਜਿਹੜੇ ਕਿ ਬੈਟਰੀ ਤੇ ਵੀ ਚੱਲਦੇ ਨੇ ਤੇ ਬਿਜਲੀ ਤੇ ਵੀ ਚੱਲਦੇ ਨੇ, ਘੱਟ ਤੋਂ ਘੱਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿੱਥੇ ਸੂਪ ਦੇ ਸੁੱਖ ਆਸਣ ਕੀਤੇ ਜਾਂਦੇ ਨੇ ਉੱਥੇ ਤੇ ਗੁਰਦੁਆਰਾ ਸਾਹਿਬਾਨ ਦੇ ਮੇਨ ਦਰਬਾਰ ਹਾਲ ਦੇ ਅੰਦਰ ਉਹ ਫਾਇਰ ਅਲਾਰਮ ਜ਼ਰੂਰ ਲਾਏ ਜਾਣ, ਜਿਹੜੇ ਥੋੜ੍ਹਾ ਵੀ ਧੂੰਆਂ ਉੱਠਣ ਤੇ ਉਹ ਆਪਣਾ ਰੌਲਾ ਪਾਉਂਦੇ ਨੇ, ਆਪਣੀ ਸਾਊਂਡ ਕਰਦੇ ਨੇ, ਪਤਾ ਲੱਗ ਜਾਂਦਾ ਕਿ ਇੱਥੇ ਕੋਈ ਘਟਨਾ ਵਾਪਰੀ ਹੈ, ਤਾਂ ਜੋ ਸਾਰਾ ਕੁਝ ਸੜਸਵਾ ਹੋਣ ਤੋਂ ਬਾਅਦ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਉਸ ਤੋਂ ਪਹਿਲਾਂ ਹੀ ਜੇਕਰ ਕਿਤੇ ਕੋਈ ਘਟਨਾ ਦੀ ਕੋਈ ਅਸੀਂ ਥੋੜ੍ਹੀ ਬਹੁਤੀ ਕੋਈ ਗੱਲ ਵਾਪਰੇ ਤੇ ਉਹ ਸਾਨੂੰ ਇਹਨਾਂ ਚੀਜ਼ਾਂ ਤੋਂ ਪਤਾ ਲੱਗ ਸਕੇ। ਕੈਮਰੇ ਅੱਧਕ ਲਾਉਣੇ, ਇਹ ਕੰਮ ਪਹਿਲਾਂ ਵੀ ਚੱਲਦਾ ਰਿਹਾ ਹੈ, ਪਰ ਕੈਮਰੇ ਜਿਹੜੇ ਨੇ ਉਹ ਅੱਗ ਤੋਂ ਤੇ ਬੇਅਦਬੀਆਂ ਤੋਂ ਰੋਕਦੇ ਨਹੀਂ, ਕੇਵਲ ਵੀਡੀਓ ਕੈਪਚਰ ਕਰਨਗੇ, ਸੋ ਅਸੀਂ ਯਤਨ ਕਰਨਾ ਹੈ ਕਿ ਅਸੀਂ ਉਸ ਜੜ੍ਹ ਨੂੰ ਫੜੀਏ, ਬੇਅਦਬੀਆਂ ਨੂੰ ਰੋਕਿਆ ਜਾ ਸਕੇ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਲਈਆਂ ਜਾ ਸਕਣ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਯਤਨ ਕਰਾਂਗਾ ਕਿ ਹੋਰ ਵੀ ਬਿਹਤਰ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਸਾਂਝ ਕਰ ਸਕਾਂ। ਪ੍ਰੋਗਰਾਮ ਦੌਰਾਨ ਸਤਿਗੁਰੂ ਜੀ ਦੇ ਸਤਿਕਾਰ ਪ੍ਰਤੀ ਕੋਈ ਸ਼ਬਦ ਮੈਂ ਉੱਚਾ ਨੀਵਾਂ ਵਰਤ ਗਿਆ ਹੋਵਾਂ ਜਾਂ ਕੋਈ ਐਸਾ ਸ਼ਬਦ ਜ਼ੁਬਾਨ ਤੋਂ ਨਿਕਲਿਆ ਹੋਵੇ ਜੋ ਆਪ ਸੰਗਤਾਂ ਨੂੰ ਚੰਗਾ ਨਾ ਲੱਗੇ, ਉਹਦੀ ਖਿਮਾ ਚਾਹੁੰਦਾ, ਪਰ ਯਤਨ ਇਹ ਸੀ ਕਿ ਕਿਉਂ ਨਾ ਰਲ ਮਿਲ ਕੇ ਕੋਈ ਐਸਾ ਕਾਰਜ ਕਰੀਏ ਤਾਂ ਜੋ ਆਉਣ ਵਾਲੇ ਸਮੇਂ 'ਚ ਬੇਅਦਬੀਆਂ ਰੁਕ ਸਕਣ। ਕੇਵਲ ਤੇ ਕੇਵਲ ਨਿੰਦਿਆ ਕਰਕੇ ਹੀ ਆਪਣਾ ਫਰਜ਼ ਅਦਾ ਉਹ ਨਹੀਂ ਹੁੰਦਾ ਜੀ। ਸੋ ਇਸੇ ਦੇ ਨਾਲ ਦਾਸ ਨੂੰ ਦਿਓ ਇਜਾਜ਼ਤ ਤੇ ਆਵਾਜ਼ੇ ਕੌਮ ਟੀਵੀ ਦਾ ਇਸੇ ਤਰ੍ਹਾਂ ਸਾਥ ਦਿੰਦੇ ਰਹੋ, ਆਉਣ ਵਾਲੇ ਦਿਨਾਂ 'ਚ ਹੋਰ ਬਿਹਤਰ ਪ੍ਰੋਗਰਾਮਾਂ ਦੇ ਨਾਲ ਤੁਹਾਡੀ ਕਰਾਂਗੇ ਜੀ ਸਾਂਝ। ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।